ਜਦੋਂ ਧਰਤੀ ਦੇ ਲੋਕ ਅਗਿਆਨਤਾ ਵਿੱਚ ਜਿਉਂਦੇ ਨੇ ਤੇ ਉਹ ਚੰਗੇ ਤੋਂ ਚੰਗਾ ਨਾਰੀਅਲ ਖਾਣ ਵਾਸਤੇ ਘਰੇ ਘਾਟੀ ਲਿਉਂਦੇ ਮੈਨੂੰ ਪਤਾ ਜੇ ਸਾਡਾ ਹਿੰਦੁਸਤਾਨੀਆਂ ਦਾ ਇਹੋ ਜਿਹਾ ਸੱਭਿਆਚਾਰ ਨਹੀਂ ਹੋਇਆ ਕਿ ਇਹ ਕੱਚਾ ਨਾਰੀਅਲ ਜਾਂ ਪੱਕਾ ਨਾਰੀਅਲ ਘਰੇ ਖਾਣ ਵਾਸਤੇ ਲਿਉਂਦੇ ਹੁਣ ਬੜੀ ਤਾਕਤ ਵਾਲੀ ਚੀਜ਼ ਹੈ ਇਹ ਜਦੋਂ ਵੀ ਲਿਉਂਦੇ ਆ ਸਿਰ ਵਾਰ ਕੇ ਪਾਣੀ ਚ ਸਿੱਟਣ ਵਾਸਤੇ ਹੀ ਲਿਉਂਦੇ ਆ 95% ਔਰ ਕਰੋੜਾਂ ਰੁਪਏ ਦੇ ਨਾਰੀਅਲ ਸਾਡੇ ਵਿਅਰਥ ਜਾਂਦੇ ਨੇ ਤੇ ਪ੍ਰਵਾਸੀ ਮਜ਼ਦੂਰੇ ਤੋਂ ਵਪਾਰ ਕਰ ਲੈਂਦੇ ਨੇ ਉਹ ਕਹਿੰਦੇ ਅਸੀਂ ਕਿਹੜਾ ਖਾਣਾ ਇਹਨਾਂ ਨੂੰ ਹੀ ਖੋਣਾ ਇਹੀ ਪਾਗਲ ਨੇ ਇਹਨਾਂ ਤੋਂ ਹੀ ਪੈਸੇ ਲੈ ਲਓ ਪਹਿਲਾਂ 20 ਰੁਪਏ ਦਾ ਖਰੀਦਿਆ ਫਿਰ 40 ਰੁਪਏ ਦੀਆਂ ਉਹਦੀਆਂ ਗਿਰੀਆਂ ਫਿਰ ਖਾਦੀਆਂ 60 ਰੁਪਏ ਪੱਲਿਓਂ ਗਏ ਇਹ ਜਿਹੜਾ ਪਖੰਡ ਸੀ ਖਾਸ ਕਰਕੇ ਜਦੋਂ ਅਸੀਂ ਅਮਰਤ ਵੇਲੇ ਜਾਪ ਸਾਹਿਬ ਪੜਦੇ ਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਜਾਪ ਸਾਹਿਬ ਵਿੱਚ ਵੀ ਇਹ ਬਚਨ ਆਉਂਦਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਟ ਇਸਟੇ ਨਮੋ ਤੰਤਰ ਤੰਤਰੰ ਐ ਪ੍ਰਭੂ ਤੇਰਾ ਨਾਮ ਹੀ ਜੰਤਰਾਂ ਤੋਂ ਵੱਡਾ ਜੰਤਰ ਹੈ ਮੰਤਰਾਂ ਤੋਂ ਵੱਡਾ ਮੰਤਰ ਹੈ ਤੰਤਰਾਂ ਤੋਂ ਵੱਡਾ ਤੰਤਰ ਹੈ ਨਮੋ ਇਸਟ ਇਸਟ ਵੀ ਤੁਸੀਂ ਅਨੇਕ ਤਰ੍ਹਾਂ ਦੇ ਇਸਟ ਮਿਥੇ ਹੋਏ ਨੇ ਮੀਂਹ ਪਾਉਣ ਵਾਲਾ ਇਸਟ ਹੋਰ ਹੈ ਹਵਾ ਲਿਆਉਣ ਵਾਲਾ ਇਸਟ ਹੋਰ ਹੈ ਸੂਰਜ ਦੇਵਤਾ ਹੋਰ ਹੈ ਚੰਦਰਮ ਦੇਵਤਾ ਹੋਰ ਹੈ ਤੁਹਾਡੇ ਕਬਰਾਂ ਮੜੀਆਂ ਦੇ ਇਸ਼ਟ ਹੋਰ ਨੇ ਤੁਹਾਡੇ ਵਿਆਹਾਂ ਸ਼ਾਦੀਆਂ ਨਾਲ ਇਸ਼ਟ ਹੋਰ ਨੇ ਕਿਤੇ ਤੁਸੀਂ ਮਿੱਟੀ ਕੱਢਣ ਜਾਂਦੇ ਹੋ ਕਿਸੇ ਤੁਸੀਂ ਕੁਝ ਕਰਨ ਜਾਂਦੇ ਹੋ ਸਤਗੁਰਾਂ ਨੇ ਕਹਿ ਕੇ ਜਿਹੜਾ ਪ੍ਰਭੂ ਦਾ ਨਾਮ ਹੈ ਸਾਰਿਆਂ ਇਸ਼ਟਾਂ ਤੋਂ ਵੱਡਾ ਇਸ਼ਟ ਹੈ ਕਿਉਂਕਿ ਇਹ ਤੁਹਾਡੀ ਨਾਮ ਨੇ ਮਾਨਸਿਕ ਸ਼ਕਤੀ ਨੂੰ ਕਾਇਮ ਰੱਖਣਾ ਜਿਹਦਾ ਮਨ ਡੋਲ ਗਿਆ ਉਹ ਬਹੁਤ ਸਾਰੇ ਥਾਵਾਂ ਤੇ ਝੁਕਦਾ ਫਿਰੇਗਾ ਡਰਦਾ ਫਿਰੇਗਾ ਸਤਗੁਰਾਂ ਨੇ ਕਹਿ ਕੇ ਮੇਰਾ ਸਿੱਖ ਇੱਕ ਕਾਲ ਦਾ ਪੁਜਾਰੀ ਹੈ ਇੱਕ ਅਸੀਂ ਆਮ ਤੌਰ ਤੇ ਵੇਖਾ ਵੇਖੀ ਜਿਹੜੇ ਹਿੰਦੁਸਤਾਨ ਦੇ ਲੋਕ ਆ ਨਾ ਇਹ ਕਰਮਕਾਂਡੀ ਜਾਦੇ ਨੇ ਸਾਰ ਕਿਤਾਬਲੀ ਗ੍ਰੰਥ ਵਿੱਚ ਆਉਂਦਾ ਜਗਤ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚਲੇ ਜਗਤ ਵਿੱਚ ਬਹੁਤ ਕੁਝ ਬਿਨਾਂ ਸੋਚ ਤੋਂ ਹੁੰਦਾ ਜੇ ਇੱਕ ਪਰਿਵਾਰ ਨੇ ਸਰਾਧ ਕੀਤਾ ਉਹ ਕਹਿੰਦਾ ਚਲੋ ਅਸੀਂ ਵੀ ਕਰ ਲੈਨੇ ਸਰਾਧ ਜੇ ਇੱਕ ਨੇ ਵਰਤ ਰੱਖਿਆ ਉਹ ਕਹਿੰਦਾ ਚਲੋ ਆਪਾਂ ਵੀ ਵਰਤ ਰੱਖੇ ਨੇ ਕੀ ਫਰਕ ਪੈਂਦਾ ਨਿਰਮਲ ਪੰਥ ਨੇ ਕਿਹਾ ਕਿ ਵਰਤ ਰੱਖੋ ਜੇ ਤਾਂ ਸਰੀਰ ਦੀ ਤੰਦਰੁਸਤੀ ਵਾਸਤੇ ਰੱਖਣਾ ਤੇ ਫਿਰ ਹਰ ਹਫਤੇ ਇੱਕ ਦਿਨ ਸਰੀਰ ਲਈ ਰੱਖ ਲੈਣਾ ਚਾਹੀਦਾ ਚੰਗੀ ਗੱਲ ਆ। ਜੇ ਪਖੰਡ ਦੇ ਅਧੀਨ ਸਾਲ ਬਾਅਦ ਵੀ ਐਸੇ ਦਿਨ ਰੱਖਣਾ ਫਿਰ ਇਹ ਪਖੰਡ ਕਰਮ ਹੋ ਜਾਊਗਾ। ਵੇਖੋ ਵਰਤbare ਮੈਂ ਮੇਰੀਆਂ ਦੋ ਸ਼ਾਵਾ ਹੁੰਦੀਆਂ ਕਿ ਜੇ ਤਾਂ ਤੁਸੀਂ ਹਕਮਤ ਦੇ ਲਿਹਾਜ਼ ਨਾਲ ਰੱਖੋ ਤੇ ਹਰ ਹਫਤੇ ਇੱਕ ਦਿਨ ਪੇਟ ਖਾਲੀ ਰੱਖ ਲੈਣਾ ਚਾਹੀਦਾ ਕਿਉਂਕਿ ਅਸੀਂ ਅੰਨ ਬਹੁਤ ਖਾਂਦੇ ਆ। ਤੇ ਅੰਨ ਤੋਂ ਇੱਕ ਦਿਨ ਪੇਟ ਬਚਾ ਲੈਣਾ ਚਾਹੀਦਾ। ਪਰ ਜੇ ਤੁਸੀਂ ਕਰਮਕਾਂਡ ਦੇ ਦਿਨ ਰੱਖਦੇ ਹੋ ਫਿਰ ਇਹਦਾ ਇੱਕ ਪਿਛੋਕੜ ਹੈ। ਸਤੀ ਦੀ ਪ੍ਰਥਾ ਨੂੰ ਭਾਰਤ ਦੇ ਲੋਕ ਬੰਦ ਨਹੀਂ ਕਰ ਸਕੇ ਇਹਦੇ ਸਾਹਮਣੇ ਸਾਡੇ ਉਹ ਪੁਰਾਣੇ ਵੱਡੇ ਵਡੇਰੇ ਹਾਰ ਗਏ ਗੁਰੂ ਸਾਹਿਬਾਂ ਨੇ ਵਾਰ-ਵਾਰ ਜਾਗਰਤ ਕੀਤਾ ਸਤਿਆ ਇਹ ਨਾ ਆਖੀਂ ਜੇ ਮੜੀਆਂ ਲੱਗ ਜਲਣ ਸਤਿਆ ਸੇਈ ਨਾਨਕਾ ਜੇ ਬਿਰਹੋਂ ਚੋਟ ਮਾਰਾ ਦੁਨੀਆਂ ਦੇ ਲੋਕੋ ਜਿਨ੍ਹਾਂ ਨੂੰ ਤੁਸੀਂ ਧੱਕੇ ਨਾਲ ਅੱਗ ਵਿੱਚ ਸਾੜ ਦਿੰਦੇ ਹੋ ਇਹ ਸਤਿਆ ਨਹੀਂ ਹੈ ਸਤਿਆ ਉਹ ਆ ਜੋ ਪ੍ਰਭੂ ਦੇ ਵਿਛੋੜੇ ਵਿੱਚ ਤੇ ਪਤੀ ਦੇ ਵਿਛੋੜੇ ਵਿੱਚ ਜਿਉਂਦੀਆਂ ਨੇ ਉਹ ਸਤਿਆ ਨੇ ਪਰ ਜਦੋਂ ਇਹ ਰਸਮ ਨਾ ਰੁਕੀ ਤੇ ਬੀਬੀਆਂ ਮਾਈਆਂ ਨੇ ਕਿਸੇ ਸਿਆਣੇ ਕੋਲੋਂ ਪੁੱਛਿਆ ਵੀ ਪਤੀ ਦੀ ਲੰਬੀ ਉਮਰ ਕਿਵੇਂ ਹੋ ਸਕਦੀ ਹੈ ਉਹਨੂੰ ਮੇਰੇ ਅਰਗੇ ਨੂੰ ਕੋਈ ਗੱਲ ਤੇ ਚੰਗੀ ਆਉੜੀ ਨਾ ਉਹਨੇ ਇਹ ਵਰਤ ਰੱਖਣ ਦੀ ਪਿਰਤ ਪਾ ਦਿੱਤੀ ਕਿ ਇਹ ਵਰਤ ਰੱਖਣ ਦੇ ਨਾਲ ਉਹਨਾਂ ਦੀ ਉਮਰ ਲੰਬੀ ਹੋ ਜੂਗੀ ਅਸਲ ਵਿੱਚ ਇਹਦੇ ਪਿੱਛੇ ਇੱਕ ਡਰ ਹੈ ਉਹ ਡਰ ਹੁਣ ਰਸਮ ਵੀ ਨਹੀਂ ਹੈਗੀ ਹੁਣ ਇੱਕ ਫੈਸ਼ਨ ਹੈ ਕਿਸੇ ਸਮੇਂ ਡਰ ਵਿੱਚੋਂ ਪੈਦਾ ਹੋਇਆ ਹੁਣ ਇਹ ਫੈਸ਼ਨ ਵਿੱਚੋਂ ਪੈਦਾ ਹੋਇਆ ਵਿੱਚ ਸ਼ਾਮ ਨੂੰ ਵਾਵਾ ਫਲ ਫਰੂਟ ਮਿਲ ਜਾਂਦਾ ਨਾਲ ਇੱਜ਼ਤ ਮਾਨ ਘਰ ਚ ਹੁੰਦੀ ਹੈ ਤੇ ਨਾਲੇ ਵਿਹਲੇ ਬੈਠੇ ਰਹਿਦਾ ਆਪੇ ਚੰ드ਰਮਾ ਚੜਨਾ ਉਹਨੇ ਚੜਨਾ ਵੇਖੂ ਕੇ ਛਕਛਕਾ ਲਵਾਂਗੇ ਹੁਣ ਇਹ ਫੈਸ਼ਨ ਅਧਿਨ ਹੋ ਰਿਹਾ ਹੁਣ ਡਰ ਅਧਿਨ ਨਹੀਂ ਹੋ ਰਿਹਾ ਪਰ ਇਹ ਵੇਖਾ ਵੇਖੀ ਆ ਇਹ ਪਖੰਡ ਕਰਮ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਕਿ ਛੋਡੇ ਅੰਨ ਕਰੇ ਪਖੰਡ ਇਹ ਅੰਨ ਛੱਡ ਕੇ ਜਿਹੜਾ ਪਖੰਡ ਕਰਮ ਕਰਨਾ ਇਹ ਗਲਤ ਹੈ ਸਰਾਧ ਦਾ ਫਲਸਫਾ ਸਾਡਾ ਨਹੀਂ ਹੈ ਕਿਉਂਕਿ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ ਜਿਉਂਦੇ ਪਿਤਰ ਨਾਮਾਨੇ ਕੋ ਮੂਏ ਸਰਾਧ ਕਰਾਈ ਇਹ ਦੂਸਰੇ ਮਜ਼ਹਬ ਵਿੱਚ ਹੈ ਸਾਡੇ ਵਿੱਚ ਨਹੀਂ ਹੈ ਪਰ ਕਿਉਂ ਨਹੀਂ ਹੈ ਅਸਲ ਮੁੱਦਾ ਇਹ ਹੈ ਕਿ ਜਿਹੜਾ ਖੀਰ ਕੜਾ ਇਹ ਪੰਜ ਭੂਤਕ ਸਰੀਰ ਦੀ ਖਰਾਕ ਹੈ ਜੇ ਪੰਜ ਤਤ ਇਕੱਠੇ ਨੇ ਨਾ ਹੁਣ ਆਪਾਂ ਚਾਹ ਵੀ ਪੀਤੀ ਆ ਬਿਸਕੁਟ ਵੀ ਖਾਦੀ ਆ ਤੇ ਆਪਾਂ ਕਈ ਆਪਾਂ ਮੁਰਦੇ ਦੀ ਯਾਦ ਵਿੱਚ ਬਿਸਕੁਟ ਖਾਣੇ ਆ ਤੇ ਪੰਜ ਭੂਤਕ ਸਰੀਰ ਹੀ ਨਹੀਂ ਹੈ ਬਿਸਕੁਟ ਕਿੱਥੇ ਜਾਣੇ ਉਹ ਤਾਂ ਜਾਂ ਤੁਹਾਡੇ ਪੇਟ 'ਚ ਜਾਣੇ ਜਾਂ ਮੇਰੇ ਪੇਟ 'ਚ ਜਾਣੇ ਮਲ ਜਿਹੜਾ ਸਿੱਖ ਮਤ ਨੇ ਸਿੱਖ ਫਲਸਫੇ ਨੇ ਸਿੱਖ ਕਲਚਰ ਨੇ ਇਸ ਲਈ ਨਹੀਂ ਵਰਜਿਆ ਕਿ ਹਿੰਦੁਸਤਾਨ ਦੇ ਲੋਕ ਸ਼ਰਾਧ ਕਰਦੇ ਨੇ ਇਸ ਲਈ ਵਰਜਿਆ ਗਿਆਨ ਦੇ ਆਧਾਰ ਤੇ ਕਿ ਖੀਰ ਕੜਾ ਪੰਜ ਤਤਾਂ ਦੀ ਖਰਾਕ ਹੈ ਜੇ ਪੰਜ ਭੂਤਕ ਸਰੀਰ ਹੈ ਤੇ ਬਜ਼ੁਰਗ ਤੇ ਵਿਚਾਰੇ ਮਰ ਗਏ ਨੇ ਕਿਸੇ ਦਾ ਦਾਦਾ ਕਿਸੇ ਦਾ ਨਾਨਾ ਉਹ ਜਾਂ ਪਾਣੀ ਚ ਰੋੜ ਦਿੱਤਾ ਜਾਂ ਅਗਨ ਭੇਟ ਕਰ ਦਿੱਤਾ ਉਹਨੇ ਹੁਣ ਖੀਰ ਜਾਂ ਕੜਾ ਨਹੀਂ ਖਾਣਾ ਮੇਰਾ ਦੂਸਰੀ ਗੱਲ ਹੁੰਦੀ ਹੈ ਕਿ ਕਈਆਂ ਦੇ ਦਾਦੇ ਨਾਨੇ ਸ਼ੂਗਰ ਰੋਗ ਨਾਲ ਮਰੇ ਨੇ ਫੇਰ ਤੁਸੀਂ ਮਿੱਠੀਆਂ ਜਲੇਬੀਆਂ ਮਿੱਠੇ ਲੱਡੂ ਮਿੱਠਾ ਅਕੜਾ ਮਿੱਠੀ ਖੀਰ ਜਿਹਨੂੰ ਜਿਉਂਦੇ ਨੂੰ ਖੰਡ ਖਾਣ ਤੋਂ ਵਰਜ ਦਿੱਤਾ ਉਹਨੂੰ ਮਰੇ ਨੂੰ ਖੰਡ ਖਵਾ ਕੇ ਪੁੰਨ ਕਰਦੇ ਹੋ ਕਿ ਪਾਪ ਕਰਦੇ ਹੋ ਕਿਉਂਕਿ ਗੁਰੂ ਦੇ ਸਿੱਖੋ ਗੁਰੂ ਦਾ ਸਿੱਖ ਤਾਂ ਜਾਗਰਤ ਹੋਣਾ ਚਾਹੀਦਾ ਅਕਲੀ ਸਾਹਿਬ ਸੇਵੀ ਅਕਲੀ ਪਾਈਏ ਮਾਨ ਜਿਸ ਬੰਦੇ ਨੂੰ ਜਿਉਂਦੇ ਨੂੰ ਖੰਡ ਵਰਜ ਦਿੱਤੀ ਉਹਨੂੰ ਮਰੇ ਨੂੰ ਖੰਡ ਖੋਣੀ ਵੀ ਪਾਪ ਹੈ ਕਿਉਂਕਿ ਉਹਨੂੰ ਸ਼ੂਗਰ ਰੋਗ ਨਾਲ ਉਹਦੀ ਉਹਦੀ ਤਾਂ ਮੌਤ ਸ਼ੂਗਰ ਰੋਗ ਕਾਰਨ ਖੈਰ ਇੱਕ ਸਰਲ ਜੀ ਗੱਲ ਹੈ ਸ਼ਰਾਧਾ ਦੇ ਦਿਨਾਂ ਵਿੱਚ ਵੇਖਾ ਵੇਖੀ ਦੀ ਗੱਲ ਮੈਂ ਉਸ ਤੋਂ ਅੱਗੇ ਚੱਲਾਂਗਾ ਇੱਕ ਜੱਟ ਚਲਾ ਗਿਆ ਪੰਡਤ ਕੋਲੇ ਕਹਿੰਦਾ ਮੈਂ ਬਾਪੂ ਦਾ ਸ਼ਰਾਧ ਕਰਨਾ ਪੰਡਤ ਜੀ ਨੇ ਕਿੰਨਾ ਸਾਰਾ ਸਮਾਨ ਲਿਖਾਤਾ ਜੱਟ ਮੁਕਰ ਗਿਆ ਕਹਿੰਦਾ ਮੈਂ ਨਹੀਂ ਕਰਨਾ ਕੋਨਾ ਰਹਿਣ ਦੇ ਪੰਡਾ ਜੀ ਵਿਹਲੇ ਬੈਠੇ ਸੀ ਕਹਿੰਦੇ ਮੁੜਿਆ ਇੱਕ ਸਸਤਾ ਕੰਮ ਵੀ ਹੈਗਾ ਇੱਕ ਸ਼ਰਾਧ ਨਹੀਂ ਹੁੰਦੀ ਤੂੰ ਸ਼ਰਾਧ ਨਹੀਂ ਕਰ ਲਾ ਉਹਨੂੰ ਪਤਾ ਨਹੀਂ ਸੀ ਕਹਿੰਦਾ ਸ਼ਰਾਧਨੀ ਚ ਕਿੰਨਾ ਖਰਚਾ ਹੋ ਕਹਿੰਦਾ ਪਾਈਆ ਕੇ ਖੀਰ ਬਣਾ ਲਈ ਅੱਧ ਪਾ ਕੜਾ ਬਣਾ ਲਈ ਪੈਸਾ ਕ ਭੇਟਾ ਦੇ ਦੀ ਜੇ ਮੀਟਰ ਕਪੜਾ ਦੇਣਾ ਦੇ ਦੀ ਨਹੀਂ ਦੇਣਾ ਨਾ ਦੇਈ ਜੱਟ ਦਾ ਵੀ ਮਨ ਬਣ ਗਿਆ ਵੀ ਨਾਲੇ ਬਾਪੂ ਖੁਸ਼ ਹੋ ਜੂ ਨਾਲੇ ਸਰਾਧ ਖੁਆਇਆ ਜਾਊ ਨਾਲੇ ਲੋਕੀ ਖਵਾਈ ਜਾਂਦੇ ਚਲ ਆਪਣੀ ਸਰਾਧਣੀ ਵੀ ਵਿੱਚ ਨਿਕਲ ਨੁਕਲ ਜਾਓ ਮਿੱਥੇ ਦਿਨ ਤੇ ਪੰਡਤ ਜੀ ਖਾਨ ਆ ਗਏ ਜਦੋਂ ਖੀਰ ਕੜਾ ਖਾ ਲਿਆ ਜੱਟ ਕਹਿੰਦਾ ਪੰਡਤ ਜੀ ਕੋਈ ਮੰਤਰ-ਮੁੰਤਰ ਨਹੀਂ ਪੜਨਾ ਪੰਡਤ ਜੀ ਨੇ ਸੋਚਿਆ ਭੋਲਾ ਪਾਲਾ ਬੰਦਾ ਹੈ ਪਹਿਲੀ ਵਾਰ ਸਾਮੀ ਫਸੀ ਹੈ ਇਹਦਾ ਵੀ ਮਨ ਪੱਕਾ ਕਰ ਦਈਏ ਕਹਿੰਦਾ ਆਪਾਂ ਦੋਵੇਂ ਰਲ ਕੇ ਮੰਤਰ ਪੜਦੇ ਆਂ ਉਹ ਕਹਿੰਦਾ ਵੀ ਸਾਡੇ ਖਾਨਦਾਨ ਚ ਤੇ ਕਦੀ ਕਿਸੇ ਨੇ ਮੰਤਰ ਕੋਈ ਪੜਿਆ ਨਹੀਂ ਉਹ ਕਹਿੰਦਾ ਤੂੰ ਨਕਲ ਮਾਰਨੀ ਆ ਮੈਂ ਅੱਗੇ-ਅੱਗੇ ਬੋਲੀ ਜਾਂ ਤੂੰ ਪਿੱਛੇ-ਪਿੱਛੇ ਬੋਲੀ ਜਾਈਂ ਤੇ ਨਕਲ ਮਾਰਨ ਨੂੰ ਪੰਜਾਬੀ ਸ਼ੇਰ ਨੇ ਇਹਨਾਂ ਨੂੰ ਕਹਿ ਦੇਵੇ ਨਕਲ ਮਾਰ ਕੇ ਭਵੇਂ ਇਹਨਾਂ ਕੋਲ ਐਮ ਐ ਫਾਰਸੀ ਦੀ ਕਰਾ ਲਓ ਭਵੇਂ ਪੰਜਾਬੀ ਵੀ ਨਾ ਆਉਂਦੀ ਹੋਵੇ ਵੇਖ ਕੇ ਲਕੀਰਾਂ ਵਾ ਦੇਣਗੇ ਦੋਵੇਂ ਜਾਣੇ ਚੌਕੜੀ ਮਾਰ ਕੇ ਬੈਠ ਗਏ ਪੰਡਤ ਜੀ ਬੋਲੇ ਕਹਿੰਦੇ ਬੋਲ ਜੱਟਾ ਮਿਸ਼ਟਾਦਾਨ ਸਵਾਹਾ ਹੁਣ ਮਿਸ਼ਟਾ ਕਹਿੰਦੇ ਮਿੱਠੇ ਨੂੰ ਸਵਾਹਾ ਕਹਿੰਦੇ ਸਵਾ ਗੁਣਾ ਨੂੰ ਤੇ ਜੱਟ ਨੇ ਨਕਲ ਮਾਰੀ ਕਹਿੰਦਾ ਬੋਲ ਜੱਟਾ ਮਿਸ਼ਟਾਦਾਨ ਸਵਾਹਾ ਉਹ ਪੰਡਤ ਜੀ ਕਹਿੰਦੇ ਓਏ ਭਲਿਆ ਮਾਨਸਾ ਤੂੰ ਬੋਲ ਜੱਟਾ ਨਹੀਂ ਕਹਿਣਾ ਜੱਟ ਕਹਿੰਦਾ ਓਏ ਭਲਿਆ ਮਾਨਸਾ ਤੂੰ ਬੋਲ ਜੱਟਾ ਨਹੀਂ ਕਹਿਣਾ ਪੰਡਤ ਕਹਿੰਦਾ ਤੂੰ ਪਾਗਲ ਹੈ ਜੱਟ ਕਹਿੰਦਾ ਤੂੰ ਪਾਗਲ ਪੰਡਤ ਜੀ ਨੂੰ ਗੁੱਸਾ ਆਇਆ ਉਹਨੇ ਕਿਸਨ ਮਾਰਤਾ ਜੱਟ ਨੇ ਸੋਚਿਆ ਹੁਣ ਮੇਰੀ ਵਾਰੀ ਆ ਉਹਨੇ ਵੀ ਤਾੜ ਕਰਦਾ ਕਿਸਨ ਮਾਰਤਾ ਪੰਡਤ ਜੀ ਨੇ ਜੱਟ ਟਾਲਿਆ ਤੇ ਜੱਟ ਟਹਿ ਗਿਆ ਵੀ ਇਹ ਸ਼ਾਇਦ ਰਸਮੀ ਹੋਣੀ ਆ ਪੰਡਤ ਜੀ ਨੇ 5-7 ਕਿਸਨ ਮਾਰੇ ਜਦੋਂ ਪੰਡਤ ਜੀ ਥੱਕ ਗਏ ਜੱਟ ਨੇ ਸੋਚਿਆ ਹੁਣ ਮੇਰੀ ਵਾਰੀ ਆ ਉਹਨੇ ਪਲਟੀ ਮਾਰ ਕੇ ਪੰਡਤ ਜੀ ਟਾਲੇ ਉਹਨੇ ਵੀ ਟਕਾ ਟਕਾ ਕੇ ਉਹੀ ਸੱਤ ਕਿਸ ਨੂੰ ਮਾਰੇ ਪੰਡਤ ਜੀ ਸਿਆਣੇ ਸੀ ਉਹਨਾਂ ਨੇ ਸੋਚਿਆ ਵੀ ਇਹ ਗੁੱਸਾ ਨਹੀਂ ਕਰਦਾ ਨਕਲ ਕਰਦਾ ਜੋ ਮੈਂ ਕਰੀ ਜਾਂ ਨਾਇਆ ਕਰੀ ਜਾਂਦਾ ਪੰਡਤ ਜੀ ਨੇ ਫੇਰ ਸਿਆਣਪ ਨਾਲ ਕਹਿੰਦੇ ਵੀ ਬੱਸ 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 ਤੇ ਜੱਟ ਉੱਤੇ ਬੈਠੇ ਕਹਿੰਦਾ ਵੀ ਬੱਸ 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 ਦੋਵੇਂ ਉੱਠ ਕੇ ਖੜੇ ਹੋ ਗਏ ਕੱਪੜੇ ਕੁੱਪੜੇ ਝਾੜੇ ਪੰਡਤ ਜੀ ਕਹਿੰਦੇ ਹਰੀ ਓਮ ਹਰੀ ਓਮ ਜੱਟ ਕਹਿੰਦਾ ਸ਼ੁਕਰ ਕਰੋ ਪੰਡਤ ਜੀ ਇਹ ਤਾਂ ਸ਼ਰਾਧਣੀ ਸੀ ਜੇ ਸ਼ਰਾਧ ਹੁੰਦਾ ਜੇ ਕਤਲ ਹੋ ਜਾਣਾ ਹੈ ਕਿਉਂਕਿ ਅਸੀਂ ਕਤਲ ਕਰਨ ਨੂੰ ਸ਼ੇਰ ਹਾਂ ਕਹਿੰਦਾ ਜੇ ਸ਼ਰਾਧਨੀ ਜੀ ਨੇ ਕਿਸ ਨੂੰ ਮੁੱਕੇ ਵੋਣੇ ਪਏ ਤੇ ਸ਼ਰਾਧ ਦੀ ਤਾਂ ਬਹੁਤ ਵੱਡੀ ਕੁੱਟਮਾਰ ਹੋਣੀ ਆ ਮੇਰੀ ਕਹਿਣ ਤੋਂ ਭਾਵਨਾ ਇਹ ਆ ਕਿ ਸੂਰਜ ਗ੍ਰਹਿਣ ਲੱਗ ਜੇ ਤੇ ਭਾਰਤੀ ਸੱਭਿਆਚਾਰ ਵਿੱਚ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਗ੍ਰਹਿਆਂ ਦੇ ਨਾਂ ਤੇ ਭਾਰਤੀਆਂ ਨੂੰ ਲੁੱਟਿਆ ਗਿਆ ਚੰ드ਰਮਾ ਗ੍ਰਹਿਣ ਦੇ ਨਾਂ ਤੇ ਭਾਰਤੀਆਂ ਨੂੰ ਲੁੱਟਿਆ ਗਿਆ ਕਿਉਂਕਿ ਲੁੱਟਣ ਵਾਲਾ ਜਿਹੜਾ ਉਹ ਛਾਤਰ ਹੈ ਉਹਨੂੰ ਪਤਾ ਹੈ ਕਿ ਕਿਸ ਭਰਮ ਨਾਲ ਲੋਕਾਂ ਨੂੰ ਲੁੱਟਿਆ ਜਾ ਸਕਦਾ ਔਰ ਇਹ ਭਰਮ ਪੱਤਰੀਆਂ ਦੇ ਨਾਂ ਤੇ ਸਮਾਜ ਵਿੱਚ ਫੈਲਿਆ ਮੈਂ ਬੇਨਤੀ ਜ਼ਰੂਰ ਕਰਾਂਗਾ ਕਿਸੇ ਮਜ਼ਬਬ ਦੇ ਵਿੱਚ ਟੇਵਾ ਬਣਾਉਣਾ ਉਹਨਾਂ ਦਾ ਧਰਮ ਹੋ ਸਕਦਾ ਪਰ ਨਾਨਕ ਨਿਰਮਲ ਪੰਥ ਦੇ ਵਿੱਚ ਟੇਵੇ ਪੱਤਰੀਆਂ ਦਾ ਕੋਈ ਵਿਧੀ ਵਿਧਾਨ ਨਹੀਂ ਹੈਗਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਤ ਜੀ ਨੂੰ ਕਿਹਾ ਸੀ ਗਣ ਗਣ ਜੋਤਕ ਕਾਂਢੀ ਕੀਨੀ ਪੜੈ ਸੁਣਾਵੈ ਤਤ ਨਾ ਚੀਨੀ ਸਭਸਾਏ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋਂ ਨ ਸਗਲੀ ਛਾਰ ਕਹਿੰਦੇ ਸਭ ਤੋਂ ਉੱਪਰ ਤਾਂ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਜਿਹੜੀਆਂ ਤੂੰ ਗਿਣਤੀਆਂ ਗਣਗਣ ਕੇ ਪੱਤਰੀ ਇਹ ਬਣਾਉਣਾ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿਉਂ ਨਹੀਂ ਸਹਿਮਤ ਕਿਉਂਕਿ ਇਹ ਸਮਾਜ ਦਾ ਸ਼ੋਸ਼ਣ ਕੀਤਾ ਜਾ ਰਿਹਾ ਔਰ ਅੱਜ ਤੇ ਇਹ ਚੈਨਲਾਈਜ਼ ਹੋ ਚੁੱਕਾ ਵਪਾਰੀ ਨੂੰ ਬੰਗਾਲੀ ਬਾਬਾ ਮਹੀਨੇ ਦਾ 2.5 ਲੱਖ ਰੁਪਈਆ ਦਿੰਦਾ ਪਰ ਉਹਦੇ ਉੱਤੋਂ 20 ਲੱਖ ਰੁਪਈਆ ਕਮਾਉਂਦਾ ਮਤ ਸੋਚੋ ਕਿ ਰਾਤ ਨੂੰ ਹਿੰਦੁਸਤਾਨ ਦੇ ਲੋਕਾਂ ਉਤੇ ਬੜੀ ਦਇਆ ਹੋ ਰਹੀ ਹੈ ਇਹ ਦਇਆ ਨਹੀਂ ਹੋ ਰਹੀ ਇੱਕ ਬੜਾ ਤਕੜੇ ਲੈਵਲ ਦਾ ਵਪਾਰ ਹੈਗਾ ਹਰ ਚੈਨਲ ਵਾਲੇ ਨੇ ਇੱਕ ਪੱਤਰੀ ਵਾਲਾ ਜਾਂ ਬੰਗਾਲੀ ਬਾਬਾ ਲੈ ਲਿਆ ਉਹ ਡਰਾਉਣੇ ਜਿਹੇ ਡਾਇਲੌਗ ਬੋਲਦਾ ਥੱਲੇ ਉਹਦਾ ਮੋਬਾਈਲ ਨੰਬਰ ਔਰ ਈਮੇਲ ਨੰਬਰ ਆਈ ਜਾਂਦਾ ਉਹ ਮਹੀਨੇ ਦਾ ਹਰ ਚੈਨਲ ਨੂੰ ਪੈਸੇ ਦਿੱਤੇ ਜਾਂਦੇ ਨੇ ਉਹਨਾਂ ਦਾ ਇੱਕ ਬਿਜ਼ਨਸ ਹੈ ਐਡਵਰਟਾਈਜ਼ਮੈਂਟ ਦਾ ਪਰ ਜੇ ਉਹ 2 ਲੱਖ ਦਿੰਦੇ ਨੇ ਉਹ 20 ਲੱਖ ਕਮਾਉਂਦੇ ਵੀ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੇ ਇੱਥੋਂ ਦੇ ਲੋਕ ਨੇ ਬਹੁ ਗਿਣਤੀ ਉਹ ਹਾਲੇ ਅੰਧਵਿਸ਼ਵਾਸੀ ਨੇ ਜਦੋਂ ਗੁਰੂ ਸਾਹਿਬਾਨੇ ਤਤ ਕੱਢਿਆ ਨਾਨਕ ਦੁਖੀਆ ਸਭ ਸੰਸਾਰ ਜਦੋਂ ਸੰਸਾਰ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਗੱਲੋਂ ਪਰੇਸ਼ਾਨ ਹੈ ਤਾਂ ਉਹ ਕਿਸੇ दैਵੀ ਸ਼ਕਤੀ ਦੇ ਵਿੱਚੋਂ ਆਪਣਾ ਆਸਰਾ ਲੱਭਣ ਦੀ ਕੋਸ਼ਿਸ਼ ਕਰਦਾ ਇਸੇ ਲਈ ਤਵੀਤਾਂ ਵਾਲੇ ਟੇਵਿਆਂ ਵਾਲੇ ਪੱਤਰੀਆਂ ਵਾਲੇ ਧਾਗਿਆਂ ਵਾਲੇ ਪਾਣੀ ਵੇਚਣ ਵਾਲੇ ਦਾਤਣਾ ਵੇਚਣ ਵਾਲੇ ਜੰਤਰ ਮੰਤਰ ਤੰਤਰ ਇਹ ਪਖੰਡ ਕਰਮ ਇਸ ਲਈ ਫੈਲ ਗਿਆ ਕਿ ਸਮਾਜ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਇਹ ਨਬਜ਼ ਵਪਾਰੀ ਦੇ ਹੱਥ ਵਿੱਚ ਹੈ ਮੇਰੀ ਗੱਲ ਨੂੰ ਹੋਰ ਨਜ਼ਰੀਆਂ ਨਾ ਦੇ ਲੈਣਾ ਦੀਵਾਲੀ ਦੀਵਿਆਂ ਦਾ ਤਿਉਹਾਰ ਸੀ ਜਦੋਂ ਵਪਾਰੀ ਦੇ ਹੱਥ ਵਿੱਚ ਆ ਗਈ ਇਹ ਬਰੂਦ ਦਾ ਤੇ ਖੰਡ ਦਾ ਤਿਉਹਾਰ ਬਣ ਗਈ ਆ ਤੁਸੀਂ ਮੇਰੀ ਗੱਲਾਂ ਸਹਿਮਤ ਹੋਵੋਗੇ ਕਿਉਂਕਿ ਜੇ ਤੁਸੀਂ ਦੀਵੇ ਜਗਾ ਕੇ ਹੀ ਵੈਸੇ ਸਿੱਖਾਂ ਦਾ ਨਿਰਮਲ ਪੰਥ ਦਾ ਤੇ ਬੰਦੀ ਛੋੜ ਦਿਵਸ ਆ ਸਿੱਖ ਸਭਿਆਚਾਰ ਵਿੱਚ ਇਹ ਬੰਦੀ ਛੋੜ ਦਿਵਸ ਆ ਹਿੰਦੁਸਤਾਨ ਵਿੱਚ ਰੁੱਤਾਂ ਦੇ ਲਿਹਾਜ਼ ਨਾਲ ਦੀਵਾਲੀ ਹੈ ਦੀਵਾਲੀ ਦਾ ਅਰਥ ਦੀਵਿਆਂ ਵਾਲੀ ਆ ਪਰ ਹੁਣ ਇਹ ਪਟਾਕਿਆਂ ਵਾਲੀ ਤੇ ਜਿਹੜੀ ਆ ਖੰਡ ਵਾਲੀ ਬਣ ਗਈ ਔਰ ਅਰਬਾਂ ਰੁਪਏ ਦਾ ਵਪਾਰ ਜਿਹੜਾ ਵਪਾਰੀ ਨੂੰ ਪਤਾ ਕਿ ਲੋਕਾਂ ਦਾ ਸ਼ੋਸ਼ਣ ਕਿਵੇਂ ਕਰਨਾ ਜੇ ਤੁਸੀਂ ਦੀਵਿਆਂ ਵਾਲੀ ਮਨਾਉਣੀ ਹੋਵੇ ਤੇ 50 ਪੈਸੇ ਦਾ ਦੀਵਾ ਤੁਸੀਂ 20 ਰੁਪਈਆ ਦੇ ਦੀਵੇ ਲਿਓਗੇ ਤੇ ਦਸਾਂ ਦਾ ਸਰੋਂ ਦਾ ਤੇਲ ਪਾਗੇ ਤੁਸੀਂ ਤਾਂ 30 ਰੁਪਈਆ 'ਚ ਦੀਵਾਲੀ ਮਨਾ ਕੇ ਤੇ ਆਰਾਮ ਨਾਲ ਬਹਿ ਗਏ ਪਰ ਤੁਹਾਨੂੰ ਤੇ ਇਹ 30000 ਵਿੱਚ ਪੈਣੀ ਚਾਹੀਦੀ ਆ ਜਾਂ 3000 ਵਿੱਚ ਜਾਂ 13000 ਵਿੱਚ ਪੈਣੀ ਚਾਹੀਦੀ ਆ ਜਿਹੜੇ ਘਰ ਵਿੱਚ ਸ਼ੂਗਰ ਦੇ ਮਰੀਜ਼ ਵੀ ਆ ਉਹ ਵੀ ਧੜਾ ਤੜ ਖੰਡ ਵਾਲੇ ਡੱਬੇ ਚੱਕੀ ਆਉਂਦੇ ਤੇ ਦੇਈ ਜਾਂਦੇ ਤੇ ਲਈ ਜਾਂਦੇ ਆ ਭਵੇਂ ਬਾਅਦ ਚੋ ਕੰਮ ਵਾਲਿਆਂ ਨੂੰ ਝਕਾਉਣ ਪਰ ਘਰੇ ਉਹਨਾਂ ਨੇ ਡੱਬੇ ਇਕੱਠੇ ਕਰ ਲੈਣੇ ਕਿਉਂਕਿ ਪਿੱਛੇ ਵਪਾਰੀ ਬੈਠਾ ਐਸ ਵਕਤ ਸਾਡੇ ਅੰਧਵਿਸ਼ਵਾਸਾਂ ਦੇ ਪਿੱਛੇ ਵੀ ਵਪਾਰੀ ਬੈਠਾ ਹੋਇਆ ਔਰ ਵਪਾਰੀ ਕਦੇ ਵੀ ਲੋਕਾਂ ਦੀ ਮਾਨਸਿਕਤਾ ਨੂੰ ਬਦਲ ਨਹੀਂ ਦਿੰਦਾ ਹੁੰਦਾ ਉਹ ਡਰ પા ਕੇ ਲੁੱਟਦਾ ਹੁੰਦਾ ਔਰ ਇਸ ਡਰ ਤੋਂ ਗੁਰੂ ਸਾਹਿਬਾਨ ਨੇ ਸ਼ਬਦ ਦੇ ਪ੍ਰਕਾਸ਼ ਨਾਲ ਇਸ ਧਰਤੀ ਦੇ ਲੋਕਾਂ ਦੇ ਮਨ ਬਦਲੇ ਕਿ ਇਹਨਾਂ ਟੇਵਿਆਂ ਨਾਲ ਇਹਨਾਂ ਰਾਸ਼ੀਆਂ ਨਾਲ ਇਹਨਾਂ ਪੱਤਰੀਆਂ ਨਾਲ ਕਦੀ ਕੋਈ ਸਮਾਜ ਨਹੀਂ ਬਦਲਿਆ ਜੋ ਸਾਨੂੰ ਦੱਸਿਆ ਜਾਂਦਾ ਵੀ ਬਿਰਖ ਰਾਸ਼ੀ ਵਾਲੇ ਚੜ੍ਹਦੇ ਪਾਸੇ ਨਾ ਜਾਇਓ ਮੀਨ ਵਾਲੇ ਲੈਂਦੇ ਪਾਸੇ ਨਾ ਜਾਇਓ ਜੇ ਤੁਹਾਡੀ ਦੁਕਾਨ ਹੀ ਚੜ੍ਹਦੇ ਵਾਲੇ ਪਾਸੇ ਆ ਫਿਰ ਦੁਕਾਨ ਦੇ ਆਖੇ ਲੱਗੋਗੇ ਕਿ ਟੇਵੇ ਵਾਲੇ ਦੇ ਆਖੇ ਲੱਗਾਂਗੇ ਜੇ ਤੁਹਾਡੀ ਮੀਨ ਰਾਸ਼ੀ ਆ ਤੁਹਾਡਾ ਕਾਰੋਬਾਰ ਹੀ ਲੈਂਦੇ ਵਾਲੇ ਪਾਸੇ ਆ ਤੇ ਤੁਸੀਂ ਲੈਂਦੇ ਵਾਲੇ ਪਾਸੇ ਜਾਓਗੇ ਕਿ ਚੜ੍ਹਦੇ ਵਾਲੇ ਪਾਸੇ ਜਾਓਗੇ ਇਹ ਇੱਕ ਸਮਾਜ ਦਾ ਸ਼ੋਸ਼ਣ ਆ ਸਾਨੂੰ ਅਮਰਤ ਵੇਲੇ ਦੀਆਂ ਜੋ ਬਾੜੀਆਂ ਨੇ ਸਵਈਏ ਪੜਦੇ ਆ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕਾ ਭੇਦ ਨਾ ਪਾਇਓ ਸਤਗੁਰਾਂ ਨੇ ਕਿਹਾ ਕੋਈ ਬਤਾਨ ਬੁੱਤਾਂ ਨੂੰ ਪੂਜਦਾ ਕੋਈ ਮਰਤਾਨ ਮਰਿਆਂ ਨੂੰ ਪੂਜਦਾ ਇਹ ਝੂਠੀ ਕਿਰਿਆ ਵਿੱਚ ਜਗ ਉਲਝਿਆ ਹੋਇਆ ਤੇ ਕਿਸੇ ਨੇ ਭਗਵਾਨ ਦਾ ਭੇਤ ਨਹੀਂ ਪਾਇਆ ਹੁਣ ਬੁੱਤ ਵੀ ਮਰਿਆਂ ਦੇ ਹੁੰਦੇ ਆ ਤੇ ਮਰਤਾਨ ਵੀ ਮਰੇ ਹੁੰਦੇ ਆ ਇਹ ਜਿੰਨੀਆਂ ਕਬਰਾਂ ਨੇ ਜਿੰਨੀਆਂ ਮੜੀਆਂ ਨੇ ਜੋ ਸਰਾਧ ਦਾ ਫਲਸਫਾ ਹੈ ਜੋ ਭੂਤਾਂ ਦਾ ਡਰ ਹੈ ਜੋ ਪ੍ਰੇਤਾਂ ਦਾ ਡਰ ਹੈ ਬੇਸਿਕਲੀ ਇਹ ਮਨ ਦੇ ਰੋਗ ਨੇ ਮਨ ਦੀ ਸ਼ਕਤੀ ਬਾਰੇ ਨਾ ਤਾਂ ਸਾਡਾ ਸਲੇਵਸੀ ਬਹੁਤ ਜ਼ਿਆਦਾ ਸਾਡੀ ਜਿਹੜੀ ਅਕਾਡਮਿਕ ਲੈਵਲ ਤੇ ਹੈ ਕਿ ਸਾਡੇ ਬੱਚੇ ਨੂੰ ਆਪਦੇ ਮਨ ਦੀ ਸ਼ਕਤੀ ਬਾਰੇ ਜਾਂ ਮਨ ਦੇ ਰੋਗਾਂ ਬਾਰੇ ਪਤਾ ਹੋਵੇ ਇਨ੍ਹਾਂ ਡਰਾਂ ਦੇ ਵਿੱਚੋਂ ਵਪਾਰੀ ਨੇ ਸ਼ੋਸ਼ਣ ਜ਼ਰੂਰ ਕੀਤਾ ਇਸ ਲਈ ਸਤਗੁਰਾਂ ਨੇ ਕਿਹਾ ਕਿ ਨਾ ਮੇਰਾ ਸਿੱਖ ਕਬਰ ਨੂੰ ਮੰਨੇਗਾ ਦੁਬਦਾ ਨਾ ਪੜੋਂ ਹਰ ਦਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਸਤਿਗੁਰਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਵੀ ਦੁਬਦਾ ਵਿੱਚ ਨਹੀਂ ਆਮੈਂ ਨਾ ਮੈਂ ਕਿਸੇ ਮੜੀ ਮਸਾਨ ਜਾਵਾਂਗਾ ਕਿਉਂਕਿ ਮੜੀ ਮਸਾਨ ਮੁਰਦਿਆਂ ਦੇ ਹੁੰਦੇ ਆ ਤੇ ਮੁਰਦੇ ਕਦੀ ਕਿਸੇ ਨੂੰ ਡਰਾਉਂਦੇ ਨਹੀਂ ਹੁੰਦੇ ਇਹ ਸਾਡੀ ਧਰਤੀ ਦੇ ਲੋਕਾਂ ਦੇ ਡਰ ਨੇ ਮੈਂ ਫਿਰ ਬੇਨਤੀ ਕਰਦਾ ਇਹ ਡਰ ਸਾਡੇ ਕਲਚਰ ਦੇ ਵਿੱਚ ਨੇ ਕਿ ਕੋਈ ਭੂਤ ਹੁੰਦਾ ਕੋਈ ਪ੍ਰੇਤ ਹੁੰਦਾ ਅਸੀਂ ਮਾਨਸਿਕ ਰੋਗੀਆਂ ਨੂੰ ਭੂਤ ਪ੍ਰੇਤ ਨਾਲ ਜੋੜ ਕੇ ਸਾਡੇ ਧਰਤੀ ਦੇ ਲੋਕ ਜੰਤਰਾ ਮੰਤਰਾਂ ਤੰਤਰਾਂ ਪਿੱਛੇ ਲੱਗਦੇ ਨੇ ਔਰ ਤੁਸੀਂ ਹੈਰਾਨ ਹੋਵੋਗੇ ਕੱਲੇ ਪੰਜਾਬ ਦੀ ਆਬਾਦੀ 2 ਕਰੋੜ 78 ਲੱਖ ਹੈ 2011 ਦੀ ਜਨਗਣਨਾ ਮੁਤਾਬਕ ਔਰ ਪੰਜਾਬ ਵਿੱਚ 50 ਲੱਖ ਦੇ ਕਰੀਬ ਮਾਨਸਿਕ ਰੋਗੀ ਨੇ ਹਿੰਦੁਸਤਾਨ ਵਿੱਚ ਤੇ ਬਹੁਤ ਵੱਡੀ ਤਦਾਦ ਹੈ ਨਾ ਸਾਰੇ ਜਿਸ ਮੁੱਚੀਆਂ ਸਟੇਟਾਂ ਦਾ ਲਈਏ ਮਾਨਸਿਕ ਤੌਰ ਤੇ ਨਾ ਤੇ ਮਾਪੇ ਆਪਣੇ ਬੱਚਿਆਂ ਦੇ ਨੇੜੇ ਹੁੰਦੇ ਨੇ ਤੇ ਨਾ ਬੱਚੇ ਮਾਪੇ ਦੇ ਨੇੜੇ ਹੁੰਦੇ ਨੇ ਸਾਡਾ ਇੱਕ ਦੂਜੇ ਨੂੰ ਸਮਝਣ ਦਾ ਜਿਹੜਾ ਟੰਗ ਆ ਨਾ ਅਸੀਂ ਸਾਡੀਆਂ ਕਲਪਨਾ ਨੇ ਮਾਤਵੇ ਕਹਿਆ ਕਿ ਇਹ ਪਰ ਮੈਂ ਸਾ ਬੱਚਾ ਰੋਂਦਾ ਅਸੀਂ ਕਹਿੰਨੇ ਕਿਸੇ ਦੀ ਨਜ਼ਰ ਲੱਗ ਗਈ ਪਹਿਲਾਂ ਸਾਡੀ ਕਲਪਨਾ ਹੀ ਗਲਤ ਆ ਕਿ ਨਜ਼ਰ ਵਿੱਚ ਲੱਗਣ ਲਈ ਕੁਝ ਨਹੀਂ ਹੁੰਦਾ ਫਿਰ ਅਸੀਂ ਮਿਰਚਾਂ ਮਾਰ ਕੇ ਚੁੱਲ੍ਹੇ 'ਚ ਸਿੱਟਦੇ ਵੀ ਨਜ਼ਰ ਹਟ ਗਈ ਹੁਣ ਬੱਚੇ ਦੇ ਰੋਣ ਦੇ 100 ਕਾਰਨ ਹੋ ਸਕਦੇ ਨੇ ਉਹਦੇ ਖਾਰਸ਼ ਹੋ ਸਕਦੀ ਆ ਪੀੜ ਹੋ ਸਕਦੀ ਆ ਭੁੱਖ ਹੋ ਸਕਦੀ ਆ ਵੱਧ ਦੁੱਧ ਪੀਤਾ ਹੋ ਸਕਦਾ ਉਹਦੇ ਅੰਦਰ ਕੋਈ ਇਨਫੈਕਸ਼ਨ ਹੋ ਸਕਦੀ ਆ ਪਰ ਸਾਡੀ ਮਾਨਸਿਕਤਾ ਜਿਹੜੀ ਆਮ ਲੋਕਾਂ ਦੀ ਹੁੰਦੀ ਆ ਵੀ ਇਹਨੂੰ ਨਜ਼ਰ ਲੱਗ ਗਈ ਆ ਇਸੇ ਲਈ ਸਾਡੀਆਂ ਕੋਠੀਆਂ ਦੇ ਉੱਤੇ ਨਜ਼ਰ ਵੱਟੂ ਸਾਡੇ ਟਰੱਕਾਂ ਦੇ ਪਿੱਛੇ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਭਾਵੇਂ ਟਰੱਕ ਧੂਆਂ ਸਿੱਟ-ਸਿੱਟ ਕੇ ਪਿਛਲਿਆਂ ਸਾਰਿਆਂ ਦਾ ਮੂੰਹ ਕਾਲਾ ਕਰ ਦੇਵੇ ਪਰ ਉਹ ਫੇਰ ਵੀ ਉਹਨੂੰ ਲਿਖੀ ਬੈਠਾ ਵੀ ਤੁਹਾਡਾ ਹੂ ਕਾਲਾ ਮੇਰਾ ਕੁਝ ਨਹੀਂ ਹੈਗਾ ਮੇਰੇ ਟਰੱਕ ਦਾ ਕੋਈ ਕਸੂਰ ਨਹੀਂ ਜੇ ਕਾਲਾ ਧੂਆ ਛੱਡਦਾ ਤੇ ਨਜ਼ਰ ਇਹਨੂੰ ਕਾਦੀ ਲੱਗਣੀ ਆ 50% ਹਿੰਦੁਸਤਾਨ ਚ ਟੁੱਟੇ ਟਰੱਕ ਨੇ ਪਰ ਫੇਰ ਵੀ ਪਿੱਛੇ ਲਿਖੀ ਬੈਠੇ ਪੂਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇਹ ਸਾਡੀ ਗਰੀਬ ਮਾਨਸਿਕਤਾ ਹੈ ਇਸ ਧਰਤੀ ਦੇ ਲੋਕਾਂ ਦੀ ਔਰ ਜੇ ਡਾਕਟਰ ਦੀ ਕੋਠੀ ਦੇ ਉੱਤੇ ਵੀ ਇੰਜੀਨੀਅਰ ਕੋਈ ਇੰਜੀਨੀਅਰ ਦੀ ਕੋਠੀ ਬਣਾਉਂਦਾ ਉਹ ਵੀ ਕਾਲਾ ਨਜ਼ਰ ਵੱਟੂ ਕਾਲਾ ਟਾਇਰ ਕਾਲਾ ਭੂਤ ਨਾ ਟੰਗਦਾ ਵੀ ਇਹਨੂੰ ਨਜ਼ਰ ਨਾ ਲੱਗ ਜੇ ਜਦੋਂ ਕਿ 90% ਡਾਕਟਰ ਪੜ੍ਹਦੇ ਪੜ੍ਹਦੇ ਨਜ਼ਰ ਵਾਲੀਆਂ ਐਨਕਾਂ ਲੱਗ ਜਾਂਦੀਆਂ ਨੇ ਉਹਨਾਂ ਨੂੰ ਆਪਣੀ ਪੁਸਤਕ ਵੀ ਐਨਕਾਂ ਤੋਂ ਬਿਨਾ ਨਹੀਂ ਦੇਂਦੀ ਤੇ ਕੋਠੀ ਨੂੰ ਨਜ਼ਰ ਕਿਸੇ ਦੀ ਕਿਵੇਂ ਲੱਗ ਜੂਗੀ ਹੋ ਹੀ ਨਹੀਂ ਸਕਦਾ ਇਹ ਸਾਡੀ ਧਰਤੀ ਦਾ ਭਰਮ ਹੈ ਮੈਂ ਫੇਰ ਕਹਾਂਗਾ ਕਿਉਂਕਿ ਅਸੀਂ ਬਹੁਤ ਰੰਗਾਂ ਦੇ ਲੋਕਾਂ ਸਾਡੀ ਧਰਤੀ ਦਾ ਭਰਮਾ ਕਿ ਗੋਰੇ ਬੱਚੇ ਨੂੰ ਨજર ਲੱਗ ਜਾਂਦੀ ਹੈ ਪਰ ਤੁਸੀਂ ਪੱਛਮ ਵਿੱਚ ਜਾਓ ਇੰਗਲੈਂਡ ਵਿੱਚ ਸਾਰਿਆਂ ਦੇ ਬੱਚੇ ਗੋਰੇ ਨੇ ਉਹਨਾਂ ਦੇ ਮਨ ਵਿੱਚ ਭਰਮ ਹੀ ਨਹੀਂ ਆਇਆ ਕਿ ਇਹਨਾਂ ਬੱਚਿਆਂ ਨੂੰ ਨજર ਲੱਗ ਜੂਗੀ ਕਿਉਂਕਿ ਮਾਤਾ ਪਿਤਾ ਵੀ ਗੋਰੇ ਨੇ ਬੱਚੇ ਵੀ ਗੋਰੇ ਨੇ ਤੁਸੀਂ ਚੀਨ ਵਿੱਚ ਜਾਓ ਸਾਰਿਆਂ ਦੇ ਬੱਚੇ ਚੀਨਿਆਂ ਦੇ ਇੱਕੋ ਜਿਹੇ ਨੇ ਫਿਨੇ ਫਿਨੇ ਆਲੇ ਦੇ ਫੋਟੋ ਸਟੇਟ ਕਰਾਏ ਹੁੰਦੇ ਨੇ ਉਹ ਉਹਨਾਂ ਦੇ ਮਨ 'ਚ ਹੀ ਨਹੀਂ ਆਵੇ ਉਹਨੂੰ ਨજર ਲੱਗ ਜੂਗੀ ਤੁਸੀਂ ਕਿਸੇ ਧਰਤੀ 'ਤੇ ਜਾਓ ਅਸੀਂ ਆ ਕਿ ਬਹੁਤ ਜੀਮਸ ਨੇ ਸਾਡੇ ਬਹੁਤ ਸਾਰੀਆਂ ਮਸਲੇ ਨੇ ਇਹ ਸਾਡੀ ਧਰਤੀ ਦਾ ਪਰਮ ਹੈ ਨજર ਲੱਗਣਾ ਘਰਾਂ ਨੂੰ ਸਾਡੀ ਧਰਤੀ ਦਾ ਪਰਮ ਮੰ ਕਿਉਂਕਿ ਪਛੋਂ ਵਿੱਚ ਲੱਕੜ ਦੇ ਮਕਾਨ ਨੇ ਤੁਸੀਂ ਬਹੁਤ ਸਾਰੇ ਗੁਰਮੁ ਪਿਆਰੇ ਗਏ ਜੋ ਉਹਨਾਂ ਦਾ ਜਿਹੜਾ ਬਾਰੀ ਸਟਰਕਚਰ ਹੈ ਇੱਕੋ ਜਿਹਾ ਅੰਦਰੋਂ ਕਿਸੇ ਦਾ ਪੈਸਾ ਵੱਧ ਘੱਟ ਲੱਗਾ ਹੋ ਸਕਦਾ ਉਹਨਾਂ ਦੇ ਮਨ ਵਿੱਚ ਇਹ ਵਿਸ਼ਵਾਸ ਅੰਧਵਿਸ਼ਵਾਸ ਪੈਦਾ ਹੀ ਨਹੀਂ ਹੋਇਆ ਕਿ ਕਦੀ ਇਸ ਲੱਕੜ ਦੇ ਘਰ ਨੂੰ ਨજર ਲੱਗ ਜੂਗੀ ਇੱਥੇ ਲਈ ਉਸੇ ਨਾਂ ਨજર ਵੱਟੂ ਹੈ ਨਾ ਉਥੇ ਕੋਈ ਭੂਤ ਕੱਢਣ ਵਾਲਾ ਬਾਬਾ ਨਾ ਉਥੇ ਧੌਲੀ ਧਾਰ ਹੈ ਨਾ ਉਥੇ ਕੋਈ ਹੋਰ ਡੇਰਾ ਕਾਰਨ ਇਹੋ ਹੈਗਾ ਪਹਿਲੀ ਗੱਲ ਤੇ ਉਹ ਆਬਾਦੀ ਥੋੜੀ ਹੈ ਜੀਵਨ ਜਾਚ ਚੰਗੀ ਹੈ ਲੋਕਾਂ ਦੇ ਮਨਾਂ 'ਚ ਸ਼ੰਕੇ ਨਹੀਂ ਆਉਂਦੇ ਵੀ ਇਹਨੂੰ ਹਾਲਾਂਕਿ ਉਥੇ ਮੰਦੇ ਜ਼ਰੂਰ ਨੇ ਕੁਝ ਪ੍ਰਤੀਸ਼ਤ ਵਿੱਚ ਇਹ ਉਹਨਾਂ ਦੇ ਅੰਧਵਿਸ਼ਵਾਸ ਉਹਨਾਂ ਦੇ ਵੀ ਨੇ ਵੀ ਕੋਈ ਬੁਰੀਆਂ ਰੂਹਾਂ ਹੁੰਦੀਆਂ ਪਰ ਜਿੰਨੀਆਂ ਬੁਰੀਆਂ ਰੂਹਾਂ ਸਾਡੇ ਹਿੰਦੁਸਤਾਨ 'ਚ ਕਲਪੀਆਂ ਜਾਂਦੀਆਂ ਮਾਨਸਿਕ ਰੋਗੀਆਂ ਨੂੰ ਅਸੀਂ ਚਮਟਿਆਂ ਨਾਲ ਕਟਾਉਨੇ ਆਂ ਕੋਈ ਕਿਸੇ ਦੇ ਸੂਈ ਕਪੋਂਦਾ ਕੋਈ ਸੰਗਲਾਂ ਨਾਲ ਕੁੱਟਦਾ ਪਰ ਉਹਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਵੀ ਇਹ ਪਰੇਸ਼ਾਨ ਕਿਉਂ ਆ ਤੇ ਮੈਂ ਬਹੁਤ ਸਾਰੇ ਮਰੀਜ਼ਾਂ ਨੂੰ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕੀਤੀ ਜੀਨੂੰ ਘਰ ਦੇ ਕਹਿੰਦੇ ਸਨ ਕਿ ਇਹਨੂੰ ਭੂਤ ਚੰਬੜਿਆ ਇਹਨੂੰ ਪ੍ਰੇਤ ਚੰਬੜਿਆ ਪਰ ਉਹਨਾਂ ਦੇ ਬਿਲਕੁਲ ਕਾਰਨ ਹੋਰ ਸਨ ਕਿਉਂਕਿ ਸਾਡੀ ਜਿਹੜੀ ਕਲਪਨਾ ਇਥੋਂ ਧਰਤੀ ਦੇ ਲੋਕਾਂ ਦੀ ਸਾਡੇ ਕਲਚਰ ਦੇ ਵਿੱਚ ਹੈ ਸਾਡੇ ਸੱਭਿਆਚਾਰ ਵਿੱਚ ਹੈ ਵੀ ਕੋਈ ਭੂਤ ਪ੍ਰੇਤ ਕਿਸੇ ਨੂੰ ਚੰਬੜ ਸਕਦਾ ਆਸਤਕ ਮਤ ਆਤਮਾ ਨੂੰ ਮੰਨਦਾ ਸਿੱਖ ਮਤਾ ਆਸਤਕ ਮਤਾ ਅਸੀਂ ਆਤਮਾ ਦਾ ਵਿਕਾਸ ਤੇ ਮੰਨਦੇ ਆ ਕਿ ਇਹ ਸਾਡੇ ਗੁਰੂ ਸਾਹਿਬਾਂ ਦਾ ਉਪਦੇਸ਼ ਹੈ ਪਰ ਹਰ ਆਤਮਾ ਭੂਤ ਨਹੀਂ ਹੁੰਦੀ ਇਹ ਸਾਡੀ ਗਲਤ ਕਲਪਨਾ ਹੈ ਕਦੀ ਕਿਸੇ ਨੇ ਇਹ ਵੀ ਕਹਿ ਕੇ ਮੈਨੂੰ ਚੰਗੀ ਆਤਮਾ ਮਿਲੀ ਆ ਤੋਨ ਮੇਰੇ ਕਾਰਜ ਸੁਭਾਰੇ ਆ ਅਸੀਂ ਹਰ ਆਤਮਾ ਨੂੰ ਬੁਰੀ ਆਤਮਾ ਦੇ ਨਜ਼ਰੀਏ ਤੋਂ ਲੈਨੇ ਆ ਭੂਤ ਦਾ ਅਰਥ ਤਤ ਵੀ ਆ ਭੂਤ ਕ ਦਾ ਅਰਥ ਵੀ ਤਤ ਹੀ ਆ ਭੂਤ ਬੀਤੇ ਕਾਲ ਨੂੰ ਵੀ ਕਹਿੰਨੇ ਆ ਭੂਤ ਅਸਲ ਵਿੱਚ ਹੈ ਕਿ ਮਨੁੱਖ ਕਦੀ ਹੁੰਦਾ ਸੀ ਪਰ ਹੁਣ ਨਹੀਂ ਹੈ ਇਹਦਾ ਮਤਲਬ ਭੂਤ ਹੈ ਉਹ ਭੂਤ ਕਾਲ ਵਿੱਚ ਚਲਾ ਗਿਆ ਪਰ ਹਵਾ ਕਿਸੇ ਨੂੰ ਡਰਾ ਨਹੀਂ ਸਕਦੀ ਅਸੀਂ ਕਲਪਨਾ ਕਰਦੇ ਹਾਂ ਪੰਜ ਤੱਤਾਂ ਦੀ ਪੰਜ ਤੱਤ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਅਸੀਂ ਆ ਅਗਨੀ ਲਾ ਦਿੱਤੀ ਅਸੀਂ ਰੋੜ ਦਿੱਤੀ ਹੈ ਇਹ ਸਾਡੇ ਸੱਭਿਆਚਾਰ ਵਿੱਚ ਹੈ ਕਿਉਂਕਿ ਸਾਡੇ ਸਵੇ ਵੀ ਡਰਾਉਣੇ ਨੇ ਸਾਡੇ ਇਲਾਕੇ ਡਰਾਉਣੇ ਨੇ ਅਸੀਂ ਸਾਡੀ ਜਿਹੜੀ ਕਲਪਨਾ ਦੇ ਵਿੱਚੋਂ ਡਰ ਪੈਦਾ ਹੁੰਦਾ ਤੁਸੀਂ ਖੁਦ ਹੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਦਿਨ ਦੇ ਵੇਲੇ ਸਾਡੇ ਡਰ ਨਹੀਂ ਹੁੰਦੇ ਜਿਹੜੇ ਸਾਡੇ ਰਾਤ ਦੇ ਵੇਲੇ ਪੈਦਾ ਹੁੰਦੇ ਨੇ ਔਰ ਰਾਤ ਵੇਲੇ ਸਾਨੂੰ ਕੋਈ ਬਾਹਰੋਂ ਚੀਜ਼ ਨਹੀਂ ਡਰਾਉਂਦੀ ਸਾਡੀ ਅੰਦਰ ਦੀ ਕਲਪਨਾ ਡਰਾਉਂਦੀ ਹੈ ਸਾਡਾ ਮਨ ਹੀ ਸਾਨੂੰ ਡਰਾਉਂਦਾ ਕਿ ਇਹ ਸਾਡੇ ਬਹੁਤ ਸਾਰੇ ਲੋਕਾਂ ਦੀਆਂ ਥਾਵਾਂ ਨਾਲ ਰੁੱਖਾਂ ਨਾਲ ਮੋੜਾਂ ਨਾਲ ਖੂਹਾਂ ਨਾਲ ਛਪੜਾਂ ਨਾਲ ਨਹਿਰਾਂ ਨਾਲ ਦਰਿਆਵਾਂ ਨਾਲ ਹਰ ਖਿੱਤੇ ਦੇ ਲੋਕਾਂ ਦੇ ਕੁਝ ਡਰ ਤੇ ਅੰਧਵਿਸ਼ਵਾਸ ਜੁੜੇ ਹੋਏ ਨੇ ਪਰ ਦੂਜੇ ਧਰਤੀ ਦਾ ਬੰਦਾ ਜਾਵੇ ਉਹ ਉਸ ਸਥਾਨ ਤੋਂ ਚੁੱਪ ਕਰਕੇ ਲੰਘ ਜਾਏਗਾ ਕਿਉਂਕਿ ਉਹਦੇ ਮਨ ਚੋਂ ਕਲਪਨਾ ਹੀ ਨਹੀਂ ਹੈ ਕਿ ਇਸ ਛੱਪੜ ਤੇ ਕੋਈ ਭੂਤ ਰਹਿੰਦਾ ਜਾਂ ਇਸ ਨਹਿਰ ਤੇ ਰਹਿੰਦਾ ਜਾਂ ਇਸ ਮੜੀ ਤੇ ਰਹਿੰਦਾ ਜਿਹੜੇ ਉਸ ਖਿੱਤੇ ਦੇ ਲੋਕ ਹੋਣਗੇ ਉਹਨਾਂ ਨੂੰ ਪਤਾ ਹੁੰਦਾ ਉੱਥੇ ਜਾ ਕੇ ਵੈਸੇ ਹੀ ਡਰ ਜਾਂਦੇ ਨੇ ਔਰ ਇਹ ਡਰ ਲੋਕ ਮਨਾਂ ਵਿੱਚ ਪੀੜੀ ਦਰ ਪੀੜੀ ਪਾਏ ਜਾਂਦੇ ਨੇ ਸਤਿਗੁਰਾਂ ਨੇ ਇਹਦਾ ਇੱਕ ਇਲਾਜ ਦਿੱਤਾ ਅਸੀਂ ਰਹਿਰਾਸ ਦੀ ਬਾਣੀ ਪੜ੍ਹਦੇ ਹਾਂ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਨ ਕਾ ਪਉ ਸਭ ਗਵਾਸੀ ਜੀਨੇ ਡਰ ਰਹਿਤ ਪ੍ਰਭੂ ਦਾ ਸਿਮਰਨ ਕੀਤਾ ਉਹਦੇ ਸਾਰੇ ਡਰ ਆਪਣੇ ਆਪ ਦੂਰ ਹੋ ਗਏ ਮੈਂ ਫਿਰ ਬੇਨਤੀ ਕਰਦਾ ਕਿ ਸਰੀਰ ਦੀ ਖਾਾਕ ਤੇ ਪੋਸ਼ਾਕ ਵਾਸਤੇ ਹਿੰਦੁਸਤਾਨ ਦੇ ਲੋਕ ਕਰੋੜਾਂ ਰੁਪਏ ਖਰਚ ਕਰ ਦਿੰਦੇ ਨੇ ਮਨ ਦੇ ਸ਼ਿੰਗਾਰ ਵਾਸਤੇ ਤੇ ਮਨ ਦੇ ਤਕੜਾਈ ਪਨ ਵਾਸਤੇ ਇਹ ਬਹੁਤ ਅਣਗਹਿਲੀ ਕਰਦੇ ਨੇ ਜਦੋਂ ਮਨਾਂ ਦੇ ਵਿੱਚ ਅਨੇਕ ਤਰ੍ਹਾਂ ਦੀਆਂ ਕਲਪਨਾਵਾਂ ਤੇ ਅੰਧਵਿਸ਼ਵਾਸ ਹੋਣਗੇ ਤੇ ਸਹਿਜ ਭਾਵੀ ਆ ਕਿ ਸਾਡੇ ਜਦੋਂ ਅਸੀਂ ਬੰਦਾ ਮੰਨਦੇ ਆਖੇ ਤਾਂ ਲੱਗਦਾ ਤੇ ਮੰਨ ਨਹੀਂ ਇਹਨੂੰ ਤੋੜਨਾ ਹੁੰਦਾ ਤੇ ਜੇ ਮੰਨੀ ਡਰਕਲ ਹੈ ਤੇ ਮਨ ਕਦੀ ਵੀ ਤੁਹਾਨੂੰ ਡਰ ਤੋਂ ਮੁਕਤ ਨਹੀਂ ਕਰ ਸਕਦਾ ਮਨ ਡਰ ਤੋਂ ਉਸ ਸਮੇਂ ਮੁਕਤ ਹੁੰਦਾ ਜਦੋਂ ਆਪਾਂ ਨਿਰਭਉ ਤੇ ਨਿਰਵੈਰ ਦੇ ਉਪਾਸ਼ਕ ਹੁੰਨੇ ਆ ਸਾਡੇ ਪੰਜਾਬੀ ਸਹਿਤ ਵਿੱਚ ਇੱਕ ਲੋਕ ਬੋਲੀ ਹੈ ਆਰੀ 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 ਪੁੱਤ ਨੇ ਕਿ ਸ਼ੇਰ ਮਾਰਨਾ ਜੀ ਦੇ ਪਿਓ ਨੇ ਬਿੱਲੀ ਨਾ ਮਾਰੀ ਉਹਦੇ ਪਿੱਛੇ ਇੱਕ ਤਤ ਹੈ ਜੀਦਾ ਪਿਤਾ ਬਿੱਲੀ ਦੇ ਡੰਡਾ ਨਹੀਂ ਮਾਰ ਸਕਦਾ ਉਹਦਾ ਪੁੱਤ ਸ਼ੇਰ ਦੇ ਗਲ ਨਹੀਂ ਪੈ ਸਕਦਾ ਕਿਉਂਕਿ ਇਹ ਜੀਮਸ ਵਿਕਾਸ ਕਰਦੇ ਨੇ ਘਰ ਦਾ ਮਾਹੌਲ ਵਿਕਾਸ ਕਰਦਾ ਤੇ ਜਿਸ ਕਲਚਰ ਦੇ ਵਿੱਚ ਬਿੱਲੀ ਦੇ ਰਾਹ ਕੱਟਣ ਤੋਂ ਹੀ ਬੰਦਾ ਡਰਦਾ ਹੋਵੇ ਤੇ ਉਸ ਸੱਭਿਆਚਾਰ ਦੇ ਲੋਕ ਜਾਂ ਉਸ ਖਿੱਤੇ ਦੇ ਲੋਕ ਕਿਵੇਂ ਚੰਗਾ ਆਪਣਾ ਸਫਰ ਕਰ ਸਕਣਗੇ ਕਿਉਂਕਿ ਬਿੱਲੀ ਨੇ ਤਾਂ ਰਸਤੇ ਤੋਂ ਦੀ ਨੰਗਣਾ ਬਿੱਲੀ ਉੱਡ ਨਹੀਂ ਸਕਦੀ ਮਾ ਕਹਿਣਾ ਹੁੰਦਾ ਵੀ ਸਾਡੇ ਵਿਸ਼ਵਾਸ ਨੇ ਵੀ ਫਲਾਣਾ ਮੱਥੇ ਲੱਗਾ ਮਾੜਾ ਤੇ ਉਹਨੂੰ ਵੀ ਪੁੱਛ ਲੋ ਕੀ ਪਤਾ ਉਹ ਤੁਹਾਡੇ ਬਾਰੇ ਸੋਚੀ ਬੈਠਾ ਹੋਵੇ ਤੁਸੀਂ ਮੱਥੇ ਲੱਗੇ ਮਾੜੇ ਇਹ ਤਾਂ ਸਾਡੀ ਕਲਪਨਾ ਹੈ ਨਾ ਵੀ ਫਲਾਣਾ ਮੱਥੇ ਲੱਗ ਜਾਏ ਤੇ ਮਾੜਾ ਹੁੰਦਾ ਪਰ ਉਹਦੀ ਕਲਪਨਾ ਵੀ ਪੁੱਛੋ ਤੇ ਉਹਨੇ ਵੀ ਤਾਂ ਮਨ ਵਿੱਚ ਸੋਚਿਆ ਹੋ ਸਕਦਾ ਵੀ ਆਹ ਮੱਥੇ ਲੱਗੇ ਉਹ ਵੀ ਮਾੜਾ ਹੁੰਦਾ ਕਹਿੰਦੇ ਇਸੇ ਤਰ੍ਹਾਂ ਬਿੱਲੀ ਦਾ ਬੱਚਾ ਰਸਤਾ ਕਰਾਸ ਕਰ ਰਿਹਾ ਸੀ ਉਧਰੋਂ ਆਦਮੀ ਆ ਗਿਆ ਤੇ ਬੰਦੇ ਦੇ ਬੱਚੇ ਨੇ ਉਹਦੇ ਰੋੜਾ ਮਾਰਿਆ ਤੇ ਬਿੱਲੀ ਦੇ ਬੱਚੇ ਦੀ ਲੱਤ ਤੇ ਵੱਜਾ ਉਹ ਮਿਉ ਮਿਉ ਕਰਦਾ ਮਾਂ ਕੋਲੇ ਚਲਾ ਗਿਆ ਤੇ ਬਿੱਲੀ ਆਪਦੇ ਬਲੂੰਗੜੇ ਨੂੰ ਕਹਿੰਦੀ ਪੁੱਤ ਮੈਂ ਤੈਨੂੰ ਕਿੰਨੀ ਵੇਰ ਕਿਹਾ ਜਦੋਂ ਇਹ ਬੰਦੇ ਦਾ ਬੱਚਾ ਆਪਣੇ ਮੱਥੇ ਲੱਗ ਜੇ ਆਪਣਾ ਨੁਕਸਾਨ ਹੁੰਦਾ ਹੀ ਹੁੰਦਾ ਮਤਲਬ ਮਤ ਸੋਚੋ ਵੀ ਇਹ ਅਸੀਂ ਉਹਨਾਂ ਨੂੰ ਮਾੜੇ ਕਹਿੰਨੇ ਆ ਜੀਵ ਜੰਤੂਆਂ ਦੇ ਮਨਾਂ 'ਚ ਵੀ ਕਲਪਨਾ ਹੋਏਗੀ ਵੀ ਜਦੋਂ ਇਸ ਤਰ੍ਹਾਂ ਦਾ ਬੰਦਾ ਸਾਡੇ ਮੱਥੇ ਲੱਗੇ ਇਹ ਵੀ ਮਾੜਾ ਹੁੰਦਾ ਪਰ ਇਹ ਸਾਰੇ ਭਰਮ ਇਹ ਫੋਕਟ ਕਰਮਕਾਂਡ ਬੰਦੇ ਦੀ ਅਗਿਆਨਤਾ ਕਰਕੇ ਹੁੰਦੇ ਆ ਮਨ ਦੇ ਅੰਧਵਿਸ਼ਵਾਸ ਕਰਕੇ ਹੁੰਦੇ ਆ ਇਸ ਤੋਂ ਅੱਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਇਤਿਹਾਸ ਵਿੱਚ ਅਸੀਂ ਪੜ੍ਹਦੇ ਆ ਖਾਸ ਕਰਕੇ ਸਾਡੇ ਢਾਡੀ ਕਵੀਸ਼ਰ ਪ੍ਰਚਾਰਕ ਸਤਗੁਰਾਂ ਨੇ ਐਲਾਨ ਕੀਤਾ ਚਿੜੀਆਂ ਸੇ ਮੈਂ ਬਾਜ ਤੜਾਉਂ ਗਿੱਦੜੋਂ ਸੇ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਹੂੰ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਸਤਗੁਰਾਂ ਨੇ ਚਿੜੀ ਦੀ ਧਾਰਨ ਇਸ ਕਰਕੇ ਦਿੱਤੀ ਆ ਜਦੋਂ ਕਿ ਚਿੜੀਆਂ ਤੋਂ ਛੋਟੇ ਸੈਂਕੜੇ ਲੱਖਾਂ ਦੀ ਤਦਾਦ ਵਿੱਚ ਜੀਵ ਜੰਤੂ ਨੇ ਮੱਛਰਾਂ ਦੀਆਂ 120 ਕਿਸਮਾਂ ਨੇ ਜੋ ਕਿ ਬਹੁਤ ਸੂਖਸ਼ਮ ਆ ਚਿੜੀ ਦਾ ਦਿਲ ਜਿਵੇਂ ਤੰਦਰੁਸਤ ਬੰਦੇ ਦਾ ਦਿਲ 1 ਮਿੰਟ ਵਿੱਚ 72 ਵਾਰ ਧੜਕਦਾ ਜੋ ਮੈਂ ਪੜਿਆ ਕਿ ਚਿੜੀ ਦਾ ਦਿਲ 540 ਵਾਰ ਧੜਕਦਾ 1 ਮਿੰਟ ਵਿੱਚ ਆਪਾਂ ਪੰਜਾਬੀ ਲੋਕ ਕਿੰਨੇ ਨੇ ਕੀ ਕਰਨਾ ਹੈ ਚਿੜੀ ਵਰਗਾ ਡਰਪੋਕ ਆ ਜਾਂ ਚਿੜੀ ਵਰਗਾ ਦਿਲ ਆ ਕਾਰਨ ਸਤਗੁਰੂ ਕਹਿੰਦੇ ਕਿ ਜਿੰਨਾ ਲੋਕਾਂ ਦੇ ਦਿਲ ਕਮਜ਼ੋਰੀ ਵਿੱਚ ਇੰਨੇ ਕਮਜ਼ੋਰ ਨੇ ਚਿੜੀਆਂ ਵਰਗੇ ਨੇ ਮੈਂ ਉਹਨਾਂ ਨੂੰ ਬਾਜਾਂ ਵਰਗੀ ਸ਼ਕਤੀ ਦਿਆਂਗਾ ਗਿੱਦੜੋਂ ਸੇ ਮੈਂ ਸ਼ੇਰ ਬਣਾਉ ਗਿੱਦੜ ਬਾਰੇ ਜੀਵ ਵਿਗਿਆਨ ਕਹਿੰਦਾ ਕਿ ਉਹ ਜੰਗਲ ਵਿੱਚ ਆਪਣੇ ਪਰਛਾਵੇਂ ਤੋਂ ਡਰ ਕੇ ਹੀ ਭੱਜਾ ਫਿਰਦਾ ਹੈ ਇਸੇ ਲਈ ਆਪਾਂ ਗਿੱਦੜ ਨੂੰ ਡਰਪੋਕ ਦੇ ਜਾਂ ਗਿੱਦੜ ਵਰਗਾ ਡਰਪੋਕ ਸ਼ਬਦ ਇਸ ਲਈ ਵਰਦੇ ਆ ਕਿ ਆਪਣੇ ਪਰਛਾਵੇਂ ਤੋਂ ਡਰਦਾ ਤੇ ਜਿਹੜਾ ਸਮਾਜ ਆਪਣੇ ਪਰਛਾਵੇਂ ਤੋਂ ਡਰਦਾ ਹੋਵੇ ਵੀ ਆਪੇ ਹੀ ਨਾਂ ਰੱਖੇ ਨੇ ਦਿਨਾਂ ਦੇ ਆਪ ਹੀ ਡਰ ਰਹੇ ਹੋਣ ਆਪੇ ਹੀ ਕਬਰਾਂ ਬਣਾਈਆਂ ਮਿੱਟੀ ਲਿਆ ਕੇ ਇੱਟਾਂ ਲਿਆ ਕੇ ਆਪੇ ਹੀ ਉਸ ਕਬਰ ਤੋਂ ਡਰਦੇ ਹੋਣ ਆਪੇ ਹੀ ਉੱਥੇ ਸ਼ਰਾਬ ਚੜਾਈ ਜਾਂਦੇ ਨੇ ਆਪੇ ਹੀ ਪੀ ਜਾਂਦੇ ਨੇ ਆਪੇ ਹੀ ਡਰੀ ਜਾਂਦੇ ਨੇ ਵੀ ਬਾਬਾ दारू ਮੰਗਦਾ ਮੰਗਦਾ ਕੋਈ ਨਹੀਂ ਆ ਉਹ ਸਮਾਜ ਕਦੀ ਤਰੱਕੀ ਨਹੀਂ ਕਰ ਸਕਦਾ ਸਤਗੁਰਾਂ ਨੇ ਮਨ ਦੀ ਸ਼ਕਤੀ ਵਾਸਤੇ ਬਾਣੀ ਦਿੱਤੀ ਪਰ ਬਾਹਰੀ ਸ਼ਕਤੀ ਵਾਸਤੇ ਨਾਲ ਬਾਣਾ ਵੀ ਦਿੱਤਾ ਕਿ ਜੇ ਤੇਰੇ ਕੋਲ ਸ਼ਸਤਰ ਹੈ ਤੇਰੇ ਵਿੱਚ ਵੀਰਸ ਹੋਏਗਾ ਵੀਰਸ ਹੋਏਗਾ ਤੂੰ ਬਾਹਰੀ ਸ਼ਤਰੂਆਂ ਦਾ ਟੱਕਰਾ ਕਰੇਗਾ ਪਰ ਬਹੁਤੇ ਸ਼ਤਰੂ ਸਾਡੇ ਅੰਦਰੋਂ ਨੇ ਜਿਵੇਂ ਅਸੀਂ ਪੰਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਰੇ ਪੜਿਆ ਇਹ ਸਾਡੇ ਅੰਦਰੂਨੀ ਸ਼ਤਰੂ ਨੇ ਕੁਝ ਸ਼ਤਰੂ ਸਾਡੇ ਮਨ 'ਚ ਬੈਠੇ ਹੋਏ ਨੇ ਮਨ 'ਚ ਸਾਡੇ ਅੰਧ ਵਿਸ਼ਵਾਸ ਬੈਠੇ ਹੋਏ ਨੇ ਇਹ ਸ਼ਤਰੂਆਂ ਨੂੰ ਮਾਰਨ ਵਾਸਤੇ ਕੇਵਲ ਬਲਿਆ ਗੁਰ ਗਿਆਨ ਅੰਧੇਰਾ ਬਿਨਸ਼ਾਈਆ ਇਹ ਜਦ ਜਦ ਮਨੁੱਖ ਨੂੰ ਗਿਆਨ ਹੁੰਦਾ ਮੈਂ ਅਕਸਰ ਕਹਿਣਾ ਹੁੰਦਾ ਕਿ ਪੰਜਾਬ ਵਿੱਚ ਜਿਹੜੇ ਅਸੀਂ ਪੰਜਾਬੀ ਜਿੰਨੇ ਵੀ ਬੋਲਦੇ ਆਂ ਹਿੰਦੁਸਤਾਨ ਚ ਲਾ ਲੋ ਛੋਟੇ ਬੱਚੇ ਨੂੰ ਡਰਾਉਣ ਵਾਸਤੇ ਸਾਡੇ ਕੋਲੇ ਦੋ ਹੀ ਡਾਇਲੌਗ ਨੇ ਦੁੱਧ ਪੀਲਾ ਬਿੱਲੀ ਮਾਉ ਆਜੂ ਕੋਕੋ ਆਜੂ ਜਾਂ ਚੀਜ਼ ਲਕੋਣੀ ਹੋਵੇ ਮਾਉ ਲੈ ਗਈ ਕੋਕੋ ਲੈ ਗਈ ਤਿੰਨ ਚਾਰ ਸਾਲ ਤੱਕ ਸਾਰੇ ਬੱਚੇ ਡਰਦੇ ਨੇ ਤੁਹਾਡੇ ਚੋਂ ਵੀ ਬਹੁਤਿਆਂ ਨੂੰ ਇਸੇ ਤਰ੍ਹਾਂ ਡਰਾਇਆ ਗਿਆ ਹੋ ਸਾਨੂੰ ਵੀ ਐਵੇਂ ਕਿਉਂਕਿ ਪੰਜਾਬੀਆਂ ਕੋਲੇ ਦੋ ਹੀ ਡਾਇਲੌਗ ਨੇ ਕੋਕੋ ਦਾ ਤੇ ਮਾਉ ਦਾ ਜਦ ਉਹ ਬੱਚਾ 4-5 ਸਾਲ ਦਾ ਹੁੰਦਾ ਉਹਨੂੰ ਸਮਝ ਆਉਂਦੀ ਆ ਵੀ ਕੋਕੋ ਤਾਂ ਗੱਲੜ ਹੁੰਦੀ ਆ ਤੇ ਮਾਉ ਬਿੱਲੀ ਹੁੰਦੀ ਆ ਉਸੇ ਬਿੱਲੀ ਨਾਲ ਉਹ ਖੇਡਦਾ ਵੀ ਹੈ ਤੇ ਪਿੱਛੇ ਰੋੜੇ ਲੈ ਕੇ ਵੀ ਭੱਜਾ ਫਿਰਦਾ ਹੈ ਉਸੇ ਗਾਲੜ ਦੇ ਪਿੱਛੇ ਉਹ ਭੱਜਾ ਫਿਰਦਾ ਪਰ ਡਰ ਕਦੋਂ ਲੱਥਾ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਕੋਕੋ ਗਾਲੜ ਹੁੰਦੀ ਆ ਤੇ ਮਾਂ ਬਿੱਲੀ ਹੁੰਦੀ ਆ ਡਰਿਆ ਕਦੋਂ ਤੱਕ ਜਦੋਂ ਉਹਦੀ ਸਮਝ ਅਜੇ ਛੋਟੀ ਸੀ ਵੀ ਕੋਕੋ ਪਤਾ ਨਹੀਂ ਕੀ ਚੀਜ਼ ਆ ਤੇ ਮਾਂ ਪਤਾ ਨਹੀਂ ਕੀ ਚੀਜ਼ ਆ ਜਦੋਂ ਉਹਦਾ ਗਿਆਨ ਵਿਕਾਸ ਕਰਦਾ ਕਿ ਬਿੱਲੀ ਵੀ ਇਹ ਖਤਰਨਾਕ ਨਹੀਂ ਹੈਗੀ ਤੇ ਗੱਲੜ ਵੀ ਖਤਰਨਾਕ ਨਹੀਂ ਹੈਗੀ ਉਹਦਾ ਡਰ ਲੈ ਜਾਂਦਾ ਔਰ ਉਹਨਾਂ ਦੇ ਪਿੱਛੇ-ਪਿੱਛੇ ਖੇਡਦਾ ਹੋਇਆ ਉਹਨਾਂ ਨੂੰ ਖੁਦ ਡਰਾਉਣਾ ਸ਼ੁਰੂ ਕਰ ਦਿੰਦਾ ਇਹੋ ਹਾਲ ਇਸ ਧਰਤੀ ਦੇ ਵਿਹਿਮਾ ਭਰਮਾਂ ਦਾ ਤੇ ਫੋਕਟ ਕਰਮਕਾਂਡਾਂ ਦਾ ਹੈ ਜਿੰਨਾ-ਜਿੰਨਾ ਮਨੁੱਖ ਦਾ ਗਿਆਨ ਵਿਕਾਸ ਕਰਦਾ ਸਤਿਗੁਰਾਂ ਨੇ ਮਾਨਸਿਕ ਸ਼ਕਤੀ ਦਿੰਦਿਆਂ ਇਹ ਜੋ ਕੁਝ ਵੀ ਧਰਤੀ ਤੇ ਫੈਲਿਆ ਸੀ ਭਾਰਤੀ ਕਲਚਰ ਦੇ ਵਿੱਚ ਮੈਂ ਫਿਰ ਬੇਨਤੀ ਕਰਾਂਗਾ ਭਾਰਤੀ ਸੱਭਿਆਚਾਰ ਵਿੱਚ ਜੋ ਸਿੱਖ ਸੱਭਿਆਚਾਰ ਸਿਰਜਿਆ ਗਿਆ ਸਿੱਖ ਸੱਭਿਆਚਾਰ ਨੇ ਭਾਰਤੀ ਸੱਭਿਆਚਾਰ ਦੇ ਕਿਸੇ ਵੀ ਅੰਧ ਵਿਸ਼ਵਾਸ ਨੂੰ ਫੋਕਟ ਕਰਮ ਨੂੰ ਨਹੀਂ ਮੰਨਿਆ ਔਰ ਉਹਦਾ ਗਰਵਾਣੀ ਵਿੱਚ ਉਤਰ ਦਿੱਤਾ ਜਿਵੇਂ ਦਸਮ ਪਾਸ਼ਾ ਕਹਿੰਦੇ ਨੇ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨ ਆਨਾ ਪੂਰਨ ਪ੍ਰੇਮ ਪ੍ਰਤੀ ਸਜੈ ਬਰਤ ਗੋਰ ਮੜੀ ਮਠ ਫੂਲਾ ਮਾਨੇ ਮੇਰਾ ਖਾਲਸਾ ਕਿਸੇ ਵੀ ਕਬਰ ਨੂੰ ਕਿਸੇ ਵੀ ਮੜੀ ਨੂੰ ਕਿਸੇ ਵੀ ਮੱਠ ਨੂੰ ਕਿਸੇ ਭੂਤ ਪ੍ਰੇਤ ਨੂੰ ਕਿਸੇ ਪੀਰ ਫਕੀਰ ਨੂੰ ਨਹੀਂ ਮੰਨੇਗਾ ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਖਾਲਸਾ ਪ੍ਰਮਾਤਮਾ ਦੀ ਮੌਜ ਮੈਂ ਇਹਨੂੰ ਅਕਾਲ ਪੁਰਖ ਦੀ ਫੌਜ ਬਣਾਇਆ ਇਹ ਪ੍ਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਇਹ ਇਹਨਾਂ ਡਰਾਂ ਤੋਂ ਮੁਕਤ ਹੈ ਕੁਝ ਸਾਡੇ ਵਿਅਕਤੀਗਤ ਭਰਮ ਹੁੰਦੇ ਨੇ ਇੱਕ ਗੱਲ ਨਾਲ ਤੇ ਮੈਂ ਜ਼ਰੂਰ ਸਪਸ਼ਟ ਹੋਣਾ ਕਿ ਸੋਚ ਰੱਖਣੀ ਜ਼ਰੂਰੀ ਹੈ ਤੇ ਜੂਠ ਖਾਣ ਤੋਂ ਵੀ ਕਿਉਂਕਿ ਅੱਜਕੱਲ ਬਹੁਤ ਸਾਰੀਆਂ ਬਿਮਾਰੀਆਂ ਨੇ ਲਾਕਦੀਆਂ ਬਿਮਾਰੀਆਂ ਨੇ ਸ਼ੂਤ ਦੀਆਂ ਤੇ ਜੂਠ ਤੋਂ ਵੀ ਬਚਣਾ ਚਾਹੀਦਾ ਪਰ ਕੁਝ ਸਾਡੇ ਕਈ ਵਾਰੀ ਨਾ ਸਿੱਖ ਸਮਾਜ ਦੇ ਵਿੱਚ ਵੀ ਇਹ ਬਹੁਤ ਗਾਂਹ ਤੱਕ ਭਰਮ ਚਲਾ ਗਿਆ ਵੀ ਉਹ ਸ਼ਹਿਰ ਵਿੱਚੋਂ ਹਾਲਾਂਕਿ ਅਸੀਂ ਘਰਾਂ 'ਚ ਕੁਝ ਵੀ ਪੈਦਾ ਨਹੀਂ ਕਰਦੇ ਜੇ ਕੋਈ ਜ਼ਿੰਮੇਦਾਰ ਹੋਏਗਾ ਉਹਦੇ ਘਰ 'ਚ ਵੱਤੋ ਵੱਦ ਤੋਰੀਆਂ ਕੱਦੂ ਕਰੇਲੇ ਹੋ ਜਾਂਦੇ ਆ ਘਟੋ ਘਟੋ ਖੰਡ ਘਰੇ ਨਹੀਂ ਬਣਾਉਂਦਾ ਪੱਤੀ ਘਰੇ ਨਹੀਂ ਬਣਾਉਂਦਾ ਫਲ ਫਰੂਟੋ ਦੇ ਘਰੇ ਨਹੀਂ ਹੁੰਦਾ ਸਾਰਾ ਕੁਝ ਬਾਹਰੋਂ ਹੀ ਹੁੰਦਾ ਠੀਕ ਹੈ ਇਹਨੂੰ ਪਵਿੱਤਰ ਬਰਤਨਾ ਵਿੱਚ ਬਣਾਉਣਾ ਤੇ ਸੋਚ ਰੱਖਣੀ ਬਹੁਤ ਚੰਗੀ ਗੱਲ ਔਰ ਰੱਖਣੀ ਵੀ ਚਾਹੀਦੀ ਆ ਭਾਵੇਂ ਕੋਈ ਅਮਰਤਾਰੀ ਹੈ ਭਾਵੇਂ ਨਹੀਂ ਹੈ ਝੂਠ ਤੋਂ ਵੀ ਬਚਣਾ ਚਾਹੀਦਾ ਤੇ ਜਿਹੜੀਆਂ ਅਣਕੱਜੀਆਂ ਚੀਜ਼ਾਂ ਨੇ ਉਹ ਵੀ ਖਾਣ ਤੋਂ ਬਚਣਾ ਚਾਹੀਦਾ ਜਿਵੇਂ ਰੇਲਵੇ ਸਟੇਸ਼ਨਾਂ ਤੇ ਮੱਖੀਆਂ ਵੀ ਲੱਖਾਂ ਦੀ ਤਦਾਦ ਵਿੱਚ ਨੇ ਤੇ ਲੋਕ ਉੱਥੇ ਹੀ ਕੁਲਚੇ ਪਠੂਰੇ ਸਮੋਸੇ ਖਾਈ ਜਾਂਦੇ ਨੇ ਮੇਰਾ ਖਿਆਲ ਹੈ ਸਮਾਜ ਜੇ ਜਾਗਰਤ ਹੋਵੇ ਤੇ ਇਹ ਗੰਦਗੀ ਤੋਂ ਬਚਣਾ ਚਾਹੀਦਾ ਕੁਝ ਹੈਗਾ ਸਾਡੇ ਵਿਅਕਤੀਗਤ ਪਰਮਾ ਕਈ ਵਾਰੀ ਸਾਡਾ ਸਮਾਜ ਖਾਸ ਕਰਕੇ ਸਾਡੇ ਮੈਂ ਖੁਦ ਵੀ ਅਮਰ ਧਾਰੀ ਮੈਂ ਇਸ ਲਈ ਬੇਨਤੀ ਕਰ ਰਿਹਾ ਕਿ ਅਸੀਂ ਬਾਹਰ ਤੋਂ ਇੰਨੇ ਕਈ ਵਾਰੀ ਹੁੰਦਾ ਕਿ ਕੁਝ ਲੋਕ ਕਈ ਵਾਰੀ ਕਿੰਨ ਵੀ ਪ੍ਰਸ਼ਾਦ ਨਹੀਂ ਲੈਣਾ ਜੀ ਗੁਰਦੁਆਰੇ ਵਿੱਚੋਂ ਘਰੇ ਬਣਾਵਾਂਗੇ ਤੇ ਛਕਾਂਗੇ ਲੰਗਰ ਵਿੱਚੋਂ ਪ੍ਰਸ਼ਾਦਾ ਬ ਨਹੀਂ ਛਕਦੇ ਜੀ ਇਹ ਕਿਸੇ ਨੇ ਬਣਾਇਆ ਜੀ ਕੇਲੇ ਤਾਂ ਖਾ ਲਾਂਗੇ ਸੰਤਰੇ ਖਾ ਲਾਂਗੇ ਪਰ ਹੋਰ ਚੀਜ਼ਾਂ ਨਹੀਂ ਲੈ ਕੇ ਖਾਵਾਂਗੇ ਘੱਟੂ-ਘੱਟ ਮੇਰਾ خیال ਜਿਹੜਾ ਸਾਡਾ ਆਪਣਾ ਸਿੱਖ ਸੱਭਿਆਚਾਰਾ ਇਹਦੇ ਵਿੱਚ ਮੈਂ ਫੇਰ ਬੇਨਤੀ ਕਰਾਂ ਕਿ ਸਾਨੂੰ ਪ੍ਰਸ਼ਾਦੇ ਦਾ ਅਮਲ ਦੱਸਿਆ ਅਸੀਂ ਕਿਸੇ ਨਸ਼ੇ ਦਾ ਸੇਵਨ ਨਹੀਂ ਕਰਦੇ ਕਿਸੇ ਬੁਰੀ ਚੀਜ਼ ਦਾ ਨਹੀਂ ਕਰਦੇ ਪਰ ਜਿਹੜੀਆਂ ਚੀਜ਼ਾਂ ਸਾਂਝੇ ਰੂਪ ਵਿੱਚ ਪਵਿੱਤਰ ਰੂਪ ਵਿੱਚ ਬਣੀਆਂ ਹੋਈਆਂ ਨੇ ਘੱਟੋ-ਘੱਟ ਇਹਨਾਂ ਪ੍ਰਤੀ ਸਾਡੇ ਮਨ 'ਚ ਸ਼ੰਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀ ਸੰਗਤ ਪੰਗਤ ਦੀ ਮਰਜ਼ਾਦਾ ਹੈ ਕਿ ਇਹਨੇ ਸਾਡੇ ਬਹੁਤ ਸਾਰੇ ਭਰਮ ਦੂਰ ਕੀਤੇ ਨੇ ਜਿਹੜੇ ਛੂਛਾ ਦੇ ਸੀ ਜਾਤ ਪਾਤ ਦੇ ਸੀ ਉੱਚੀ ਨੀਚ ਦੇ ਸੀ ਤੇ ਸਾਡੇ ਲਈ ਗੁਰੂ ਸਾਹਿਬਾਨ ਨੇ ਹਦਾਇਤਾਂ ਵੀ ਕੀਤੀਆਂ ਪਹਿਲੇ ਪੰਗਤ ਪਾਛੇ ਸੰਗਤ ਉਹ ਸਾਡਾ ਜਿਹੜਾ ਕਲਚਰ ਹੈ ਸਿੱਖ ਸੱਭਿਆਚਾਰ ਹੈ ਉਹਦੇ ਵਿੱਚ ਘਟੋ ਘਟ ਇੰਨਾ ਕ ਸਾਨੂੰ ਇੰਨਾ ਛੋਟੇ ਛੋਟੇ ਵਿਅਕਤੀਗਤ ਅੰਧ ਵਿਸ਼ਵਾਸਾਂ ਤੋਂ ਜ਼ਰੂਰ ਮੁਕਤ ਹੋਣਾ ਚਾਹੀਦਾ ਕਿ ਇੰਨਾ ਵੀ ਆਪਣੇ ਆਪ ਤੇ ਡਰ ਨਾ ਪੈਦਾ ਕਰ ਲਈਏ ਕਿਉਂਕਿ ਭਗਤ ਬਾਣੀ ਵਿੱਚ ਆਉਂਦਾ ਨਾ ਵੀ ਜੇ ਤੂੰ ਕਹਿੰਦਾ ਮੈਂ ਦੁੱਧ ਪੀਣਾ ਤੇ ਦੁੱਧ ਤੇ ਪਹਿਲਾਂ ਬੱਚਾ ਪੀ ਗਿਆ ਜੇ ਤੂੰ ਕਹਨਾ ਮੈਂ ਫਲ ਜਿਹੜੇ ਸੁੱਚੇ ਖਾਨਾ ਤੇ ਫਲ ਤੇ ਪਹਿਲਾਂ ਤੋਤੇ ਨੇ ਟੁੱਕੇ ਹੋਏ ਆ ਹਰ ਚੀਜ਼ ਵਿੱਚ ਜਰਾ ਸੀਮਾ ਹਰ ਚੀਜ਼ ਕਿਸੇ ਨਾ ਕਿਸੇ ਚੀਜ਼ ਨੇ ਝੂਠੀ ਕੀਤੀ ਹੁੰਦੀ ਆ ਮਤ ਸੋਚੀਏ ਵੀ ਜਿਹੜੀ ਖੰਡ ਆਉਂਦੀ ਆ ਪੱਤੀ ਆਉਂਦੀ ਆ ਵੀ ਇਹ ਸਾਰੀ ਪਵਿੱਤਰਾ ਕਿਉਂਕਿ ਕਿੱਥੇ ਗੰਨਾ ਲੱਗਿਆ ਗੰਨੇ ਨੂੰ ਜਿਹੜੀ ਆ ਗੋਏ ਦੀ ਰੂੜੀ ਪਾਈ ਗਈ ਤੇ ਗੋਹਾ ਮੱਝਾਂ گاਵਾ ਦਾ ਗੋਬਰ ਸੀਗਾ ਗੋਬਰ ਨੇ ਉਹਨਾਂ ਚੋਂ ਵਿਕਾਸ ਕੀਤਾ ਫੇਰ ਪਤਾ ਨਹੀਂ ਕਿਹਨੇ ਉਹਨੂੰ ਛਿਲਿਆ ਭੰਨਿਆ ਫੇਰ ਉਹ 슈ਗਰ ਮਿਲ ਚ ਗਿਆ ਫੇਰ ਉਹ ਖੰਡ ਬਣੀ ਖੰਡ ਸਿੱਧੇ ਰੂਪੇ ਜਾਣੋਂ ਤੇ ਏਡੀ ਪਵਿੱਤਰ ਬਣੀ ਹੈਗੀ ਪਰ ਜੋ ਸਾਡੇ ਸਾਹਮਣੇ ਆਈ ਆ ਉਹ ਸਾਫ ਰੂਪ ਦੇ ਵਿੱਚ ਆ ਇਸ ਕਰਕੇ ਕੋਈ ਚੀਜ਼ ਜਿਹੜੀ ਹੈ ਪਵਿੱਤਰਤਾ ਤੇ ਅਪਵਿੱਤਰਤਾ ਬਹੁਤ ਕੁਝ ਮਨ ਨਾਲ ਜੁੜਿਆ ਹੁੰਦਾ ਜੇ ਆਪਾਂ ਇਹਨਾਂ ਦੀ ਬੰਤਰ ਲਈ ਜਾਈਏ ਤੇ ਸਾਰੀਆਂ ਵਸਤੂਆਂ ਬਾਹਰੋਂ ਬਣਦੀਆਂ ਨੇ ਫਿਰ ਸਾਡੇ ਸਾਹਮਣੇ ਬਹੁਤੀਆਂ ਤਾਂ ਨਹੀਂ ਬਣਦੀਆਂ ਅਸੀਂ ਤਾਂ ਘਰ ਵਿੱਚ ਸਾਫ ਵਰਤਨਾ ਵਿੱਚ ਬਣਾ ਸਕਦੇ ਆ ਪਰ ਘਟੋ-ਘਟ ਸਾਡੇ ਮਨਾਂ ਵਿੱਚੋਂ ਜਿਹੜਾ ਸਿੱਖ ਸਮਾਜ ਹੈ ਇਹ ਇੰਨਾ ਕੁ ਵੀ ਜ਼ਰੂਰ ਮੁਕਤ ਹੋਵੇ ਕਿ ਇੰਨੀ ਇੱਕ ਖਾਣ ਪੀਣ ਤੋਂ ਵੀ ਇੰਨੀ ਨਾ ਮੰਨਿਆ ਜਾਵੇ ਔਰ ਵਿਸ਼ੇਸ਼ ਕਰਕੇ ਕਿਉਂਕਿ ਆਪਾਂ ਸਾਰੇ ਗੁਰੂ ਦੇ ਪ੍ਰਚਾਰਕਾਂ ਮੈਂ 5 ਮਿੰਟ ਵਿੱਚ ਆਪਣੀ ਗੱਲ ਸਮਾਪਤ ਕਰਦਾ ਗਰਬਾਣੀ ਵਿੱਚ ਆਉਂਦਾ ਇੱਕ ਅਸੀਂ ਵਿਵੇਕਦਾਨ ਮੰਗਦੇ ਆਂ ਇੱਕ ਅਸੀਂ ਭਰੋਸਾਦਾਨ ਮੰਗਦੇ ਆਂ ਇਹ ਦੋ ਗੱਲਾਂ ਸਾਡੇ ਲਈ ਇਸ ਲਈ ਜ਼ਰੂਰੀ ਹੈ ਕਿ ਗਰਬਾਣੀ ਵਿੱਚ ਜਿੰਨੀ ਅਰਦਾਸ ਆਈ ਆ ਸ਼ਬਦ ਵਿਵੇਕਦਾਨ ਮੰਗਿਆ ਪਰ ਪਿਛਲੇ ਸਾਲਾਂ ਤੋਂ ਸਾਡੇ ਤਰਕ ਜਾਦਾ ਭਾਰੂ ਹੋ ਗਿਆ ਤਰਕ ਦਾ ਮਤਲਬ ਹੁੰਦਾ ਸ਼ੰਕਾ ਕਰਨਾ ਬੁਵੇਕ ਦਾ ਅਰਥ ਹੁੰਦਾ ਸੱਤ ਤੇ ਅਸੱਤ ਦਾ ਨਖੇੜਾ ਕਰਨਾ ਅਸੀਂ ਸ਼ੰਕਾਵਾਦੀਆਂ ਦਾ ਪੰਥ ਨਹੀਂ ਆ ਅਸੀਂ ਬੁਵੇਕੀਆਂ ਦਾ ਪੰਥ ਹੈ ਜਦੋਂ ਤਰਕਵਾਦੀਆਂ ਦਾ ਪੰਥ ਬਣਨ ਦੀ ਕੋਸ਼ਿਸ਼ ਕਰੂਗਾ ਤਾਂ ਸਾਡੇ ਕੁਝ ਪਿਛਲੇ ਸਮੇਂ ਤੋਂ ਪ੍ਰਚਾਰਕਾਂ ਨੇ ਲੇਖਕਾਂ ਨੇ ਬਹੁਤ ਸਾਰਾ ਭੜੇ ਪੱਦਰਤੀਆਂ ਕਲਮਾਂ ਵੀ ਚਲਾਈਆਂ ਨੇ ਜਿਨ੍ਹਾਂ ਨੇ ਇੰਨਾਕ ਤਰਕ ਕਰ ਦਿੱਤਾ ਕਿ ਮੇਰੇ ਖਿਆਲੋਂ ਸਿੱਖ ਨੂੰ ਸਿੱਖ ਵੀ ਨਹੀਂ ਰਹਿਣ ਦੇਣਗੇ ਉਹਨਾਂ ਨੇ ਅੰਮ੍ਰਿਤ ਵੇਲੇ ਤੇ ਤਰਕ ਅੰਮ੍ਰਿਤ ਦੀਆਂ ਬਾਣੀਆਂ ਤੇ ਵੀ ਤਰਕ ਦਸਮ ਪਾਸ਼ਾ ਦੀ ਬਾਣੀ ਤੇ ਵੀ ਤਰਕ ਸਰੋਵਰਾਂ ਤੇ ਵੀ ਤਰਕ ਅਕਾਲ ਤਖਤ ਤੇ ਵੀ ਤਰਕ ਕਮੇਟੀਆਂ ਤੇ ਸੰਪਰਦਾਵਾਂ ਤੇ ਟਕਸਾਲਾਂ ਤੇ ਮੈਂ ਹਰਥਾਂ ਬੇਨਤੀ ਕਰਦਾ ਹੁੰਨਾ ਅਸੀਂ ਸਾਰਾ ਗੁਰੂ ਦਾ ਪਰਿਵਾਰ ਹਾਂ ਚਾਹੇ ਕੋਈ ਟਕਸਾਲ ਹੈ ਮਿਸ਼ਨਰੀ ਕਾਲਜ ਹੈ ਸਟੱਡੀ ਸਰਕਲ ਹੈ ਸ਼੍ਰੋਮਣੀ ਕਮੇਟੀ ਹੈ ਅਕਾਲ ਤਖਤ ਹੈ ਚਾਹੇ ਗੁਰਮੁਖਤ ਕਾਲਜ ਹੈ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਸਾਡੇ ਵਿੱਚ ਇਹ ਨਹੀਂ ਵਿਤਕਰਾ ਹੋਣਾ ਚਾਹੀਦਾ ਕਿ ਇਹ ਟਕਸਾਲ ਵਾਲੇ ਨੇ ਇਹ ਮਿਸ਼ਨਰੀ ਨੇ ਇਹ ਸਾਨੂੰ ਸਾਰਿਆਂ ਨੂੰ ਫਰਾਖਦਲ ਹੋਣਾ ਪਊਗਾ ਸਮਾਜ ਨੂੰ ਅਸੀਂ ਸਾਰੇ ਗੁਰੂ ਦਾ ਪਰਿਵਾਰ ਆ ਅਸੀਂ ਸਾਰੇ ਨਿਰਮਲ ਪੰਥ ਦੇ ਵਾਰਿਸ ਆ ਸਾਡੇ ਪਹਿਰਾਵੇ ਵਿੱਚ ਕੋਈ ਗੱਲ ਨਹੀਂ ਸੰਪਰਦਾਵਾਂ ਟਕਸਾਲਾਂ ਦਾ ਇੱਕ ਪਹਿਰਾਵਾ ਹੁੰਦਾ ਕਿ ਸੰਪਰਦਾਵਾਂ ਵਿੱਚ ਸ਼ੀਸ਼ਾ ਨਹੀਂ ਰੱਖਿਆ ਜਾਂਦਾ ਇਸ ਪੱਗ ਨੂੰ ਕਿਸੇ ਸਮੇਂ ਵਿੱਚ ਭਾਰਤ ਦੇ ਲੋਕ ਸ਼ਕੀਨੀ ਵਾਲੀ ਪੱਗ ਸਮਝਦੇ ਸਨ ਅੱਜ ਸਾਡੀ ਆਮ ਰਵੈਤ ਹੈ ਪਰ ਸੰਪਰਦਾਵਾਂ ਦੀ ਮਰਯਾਦਾ ਸੀ ਗੋਲ ਪੱਗ ਬਨਣੀ ਇਹ ਇਹ ਜਿਹੜੇ ਵਿਤਕਰੇ ਨਾ ਸਹਿਜ ਭਾਵੀ ਇਹ 84 ਤੋਂ ਬਾਅਦ ਖਾਸ ਕਰਕੇ ਸਾਨੂੰ ਸਿਧਾਂਤਕ ਤੌਰ ਤੇ ਲੜਾਉਣ ਵਾਸਤੇ ਚਾਰ ਪੰਜ ਮੁੱਦਿਆਂ ਦੇ ਉੱਤੇ ਸਾਡੇ ਸਿੱਖੀ ਸਰੂਪ ਵਾਲੇ ਮੋਹਰੇ ਬਣਾ ਦਿੱਤੇ ਗਏ। ਔਰ ਸਾਡੀ 20 ਸਾਲਾਂ ਤੋਂ ਇਹ ਲੜਾਈ ਵੱਧਦੀ ਗਈ ਆ ਘਟੀ ਨਹੀਂ ਆ। ਪਰ ਜਦੋਂ ਅਸੀਂ ਇੰਨੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਇੱਕ ਪਾਸੇ ਵਿਸ਼ਵ ਦਾ ਭਲਾ ਮੰਗਦੇ ਆ ਇੱਕ ਪਾਸੇ ਇੱਕ ਦੂਜੇ ਨਾਲ ਹੀ ਅਸੀਂ ਵਿਤਕਰਿਆਂ ਵਿੱਚ ਜਿਉਂਦੇ ਆ। ਮੈਂ ਫਿਰ ਬੇਨਤੀ ਕਰਦਾ ਸੀ ਸਾਰੇ ਗੁਰੂ ਦਾ ਪਰਿਵਾਰ ਆ ਕੋਈ ਕਿਸੇ ਵੀ ਸਰੂਪ ਵਿੱਚ ਰਹਿੰਦਾ ਜਿਹੜਾ ਜਿਹਦਾ ਨਿਸ਼ਚਾ ਬਾਣੀ ਦੇ ਉੱਤੇ ਆ ਗੁਰੂ ਗ੍ਰੰਥ ਦੇ ਉੱਤੇ ਆ ਗੁਰੂ ਪੰਥ ਦੇ ਉੱਤੇ ਆ ਉਹ ਸਾਰੇ ਗੁਰੂ ਦੇ ਪਿਆਰੇ ਸਿੱਖ ਨੇ ਔਰ ਸਾਡੀਆਂ ਸਾਂਝਾਂ ਇੰਨੀਆਂ ਚੰਗੀਆਂ ਹੋਣੀਆਂ ਚਾਹੀਦੀਆਂ ਕਿ ਅਸੀਂ ਸਾਰੇ ਗੁਰੂ ਦੇ ਪ੍ਰਚਾਰਕਾਂ ਭਰੋਸਾ ਇੱਕ ਹੁੰਦਾ ਵਸਾਹ ਦਾਣਾ ਇੱਕ ਭਰੋਸਾ ਦਾਣਾ ਅਸੀਂ ਦੋ ਮੰਗਦੇ ਆ ਪੰਜਾਬੀ ਲੋਕ ਸਹਿਜ ਭਾਵੀ ਵਸਾਹ ਤੇ ਭਰੋਸੇ ਨੂੰ ਇੱਕ ਸਮਝਦੇ ਨੇ ਵਸਾਹ ਦਾ ਅਰਥ ਹੁੰਦਾ ਵਕਤੀ ਕਿਸੇ ਗੱਲ ਚੰਗੀ ਲੱਗੀ ਵਸਾਹ ਕਰ ਲਿਆ ਵਸਾਦਾ ਘਾਤ ਵੀ ਹੋ ਜਾਂਦਾ ਸ਼ਬਦ ਵਸਾ ਘਾਤ ਵੀ ਹੈ ਪਰ ਭਰੋਸਾ ਘਾਤ ਕਿਤੇ ਸ਼ਬਦ ਨਹੀਂ ਹੈ ਭਰੋਸਾ ਅੰਤਮ ਸੱਚ ਹੁੰਦਾ ਵੀ ਗੁਰੂ ਦੇ ਉੱਤੇ ਇੰਨਾ ਭਰੋਸਾ ਹੋਵੇ ਸਤਗੁਰੂ ਮੇਰਾ ਮਾਰ ਜਵਾਲੇ ਉਹ ਮਾਰ ਵੀ ਸਕਦਾ ਤੇ ਜਵਾ ਵੀ ਸਕਦਾ ਇਹਨੂੰ ਅਸੀਂ ਕਹਿੰਨੇ ਭਰੋਸਾ ਭਰੋਸੇ ਵਾਲਾ ਡੋਲਦਾ ਨਹੀਂ ਹੁੰਦਾ ਭਰੋਸੇ ਵਾਲਾ ਸਿੱਧਕੀ ਹੁੰਦਾ ਭਰੋਸੇ ਵਾਲਾ ਨਫ਼ਰਤੋਂ ਨਹੀਂ ਕਰਦਾ ਭਰੋਸੇ ਵਾਲਾ ਸਰਬੱਤ ਦੇ ਭਲੇ ਵਾਲਾ ਹੁੰਦਾ ਤੇ ਪਰੋਸੇ ਵਾਲਾ ਇੰਜ ਮਨੇ ਡੋਲਦਾ ਵੀ ਜੇ ਕਬਰ ਤੇ ਮੇਲਾ ਲੱਗਾ ਮੜੀ ਤੇ ਮੇਲਾ ਲੱਗਾ ਤੇ ਸ਼ਨੀਵਾਰ ਛੋਲਿਆਂ ਦਾ ਪ੍ਰਸ਼ਾਦ ਲੈ ਜਾਣਾ ਇਹ ਸਾਡੇ ਅੰਮ੍ਰਿਤਸਰ ਵਿੱਚ ਵੀ ਮੁਸ਼ਕਲ ਆ ਗਈ ਆ ਕਿ ਸ਼ਨੀਵਾਰ ਕੁਝ ਲੋਕ ਸਰੋਂ ਦਾ ਤੇਲ ਚੜਾਉਂਦੇ ਨੇ ਤੇ ਗੁਰਦੁਆਰਿਆਂ ਵਿੱਚ ਕਾਲੇ ਛੋਲੇ ਤੇ ਉਹ ਕੁਝ ਬਣਾ ਕੇ ਪ੍ਰਸ਼ਾਦ ਲਈ ਆਉਂਦੇ ਨੇ ਜਦੋਂ ਆਪਾਂ ਮੈਂ ਕਹਿੰਨਾ ਤੁਸੀਂ ਕਾਲੇ ਛੋਲੇ ਸੋਮਵਾਰ ਤੋਂ ਐਤਵਾਰ ਤੱਕ ਵੰਡ ਲਓ ਕੋਈ ਦਰਾਜ ਨਹੀਂ ਆ 7 ਦਿਨ ਵੰਡੋ ਪਰ ਜਦੋਂ ਸ਼ਨੀਵਾਰ ਇੱਕ ਭਰਮ ਦੇ ਦੀ ਛੋਲੇ ਖਰਾਕ ਤੇ ਬਹੁਤ ਵਧੀਆ ਕਿਉਂਕਿ ਸਾਡੇ ਚੌਥੇ ਪਾਸ਼ਾ ਕਾਲੇ ਛੋਲੇ ਤਾਂ ਘੁੰਗਣੀਆਂ ਦੇ ਰੂਪ ਵਿੱਚ ਵੇਚਤੇ ਰਹੇ ਨੇ ਚੰਗੀ ਖਰਾਕ ਹੈ ਜਾਂ ਤੇ ਇਹਨੂੰ ਰੋਜ਼ਾਨਾ ਹੀ ਹਿੱਸਾ ਬਣਾ ਲਿਆ ਜਾਵੇ ਵੀ ਇਹ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਵੰਡੇ ਜਾਣਗੇ ਪਰ ਜਦੋਂ ਸਪੈਸ਼ਲ ਸ਼ਨੀਵਾਰ ਆਉਂਦੇ ਨੇ ਉਦੋਂ ਭਰਮ ਦੇ ਦੀਨ ਆਉਂਦੇ ਨੇ ਉਹ ਭਰਮ ਜਿਹੜਾ ਸਿੱਖ ਨੂੰ ਨਹੀਂ ਹੋਣਾ ਚਾਹੀਦਾ ਜੇ ਸਿੱਖ ਉਹ ਭਰਮ ਵਾਲਾ ਨਹੀਂ ਹੋ ਸਕਦਾ ਤੇ ਜੇ ਭਰਮ ਵਾਲਾ ਫਿਰ ਉਹ ਸਿੱਖ ਨਹੀਂ ਹੋ ਸਕਦਾ ਇੱਕ ਫੈਸਲਾ ਕਰਨਾ ਪੈਗਾ ਇਹ ਜਿਹੜੀ ਗੁਰੂਪੰਥ ਦੀ ਜਾਂ ਸਿੱਖ ਸੱਭਿਆਚਾਰ ਦੀ ਮਰਜ਼ਾਦਾ ਹੈ ਆਪਾਂ ਤੇ ਭਰਮ ਤੋੜਨੇ ਸੀ ਮੈਂ ਤਾਂ ਕਹਿਣਾ ਹੁੰਦਾ ਵੀ ਹੋਲੀਆਂ ਦੇ ਦਿਨਾਂ ਵਿੱਚ ਆਪਾਂ ਨੂੰ ਸ਼ਗਨਾ ਦੇ ਦਿਨ ਕਰ ਲੈ ਚਾਹੀਦੇ ਕਿਉਂਕਿ ਭਾਰਤ ਦੇ ਵਿੱਚ ਜਿਹੜੀਆਂ ਹੋਲੀਆਂ ਦੇ ਦਿਨ ਨੇ ਨਾ ਇਹਨਾਂ ਦਿਨਾਂ ਵਿੱਚ ਸਾਰੇ ਜੋ ਪੈਲਸਾਂ ਵਾਲੇ ਹਲਵਾਈ ਕੀ ਸਾਰੇ ਵੇਲੇ ਬੈਠੇ ਹੁੰਦੇ ਆ ਤੇ ਸਿੱਖਾਂ ਨੂੰ ਇਹ ਪਹਿਲ ਕਰ ਲੈਣੀ ਚਾਹੀਦੀ ਹੈ ਕਿ ਭਾਰਤੀ ਕਲਚਰ ਦੇ ਵਿੱਚ ਇਹਨੂੰ ਜੇ ਬੁਰਾ ਮੰਨਦੇ ਆ ਤੇ ਸਿੱਖਾਂ ਨੂੰ ਇਹ ਦਿਨ ਸਗੋਂ ਸ਼ਗਨਾ ਦੇ ਦਿਨ ਮਨਾ ਲੈਣੇ ਚਾਹੀਦੇ ਸਸਤੇ ਵੀ ਪਹਿਣਗੇ ਤੇ ਹਰ ਚੀਜ਼ ਉਪਲਬਧ ਵੀ ਹੋਏਗੀ ਮਤਲਬ ਸਿੱਖਾਂ ਨੂੰ ਪਹਿਲ ਕਰਨੀ ਪੈਗੀ ਸਾਡੇ ਗੁਰੂ ਸਾਹਿਬਾਂ ਨੇ ਪਹਿਲ ਕੀਤੀ ਹੈ ਭਾਰਤੀ ਕਲਚਰ ਦੇ ਵਿੱਚ ਜੇ ਟੋਕਣ ਦੀ ਹਿੰਮਤ ਕੀਤੀ ਆ ਤੇ ਸਤਿਗੁਰਾਂ ਨੇ ਹਿੰਮਤ ਕੀਤੀ ਹੈ ਔਰ ਇਸੇ ਲਈ ਉਹਨਾਂ ਨੇ ਕਿਹਾ ਜੋਦੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਸਿਰ ਤਲੀ ਤੇ ਧਰਨ ਦਾ ਮਤਲਬ ਹੈ ਕਿ ਮੇਰੀ ਅਕਲ ਮੇਰੀ ਮਤ ਹੁਣ ਇਹਦੇ ਵਿੱਚ ਕੋਈ ਨਹੀਂ ਸਤਿਗੁਰੂ ਇਹ ਸਿਰ ਤੁਹਾਨੂੰ ਸੌਂਪਿਆ ਤੁਹਾਡੀ ਮਤ ਜੋ ਇਹਦੇ ਵਿੱਚ ਹੋਏਗੀ ਮੈਂ ਇਹਦੇ ਅਨੁਸਾਰ ਚੱਲਾਂਗਾ ਫਿਰ 10ਵੇਂ ਜਾਮੇ ਵਿੱਚ ਉਹਨਾਂ ਨੇ ਸ਼ਰਿਆਮ ਸਿਰ ਮੰਗੇ ਸਿੱਖਾਂ ਨੇ ਸ਼ਰਿਆਮ ਸਿਰ ਦਿੱਤੇ ਔਰ ਉਹ ਸਿਰ ਦੇਣ ਦਾ ਮਤਲਬ ਵੀ ਹੈ ਕਿ ਇਹ ਸਤਿਗੁਰੂ ਤੁਹਾਡੇ ਹੀ ਨੇ ਇਹਦੇ ਵਿੱਚ ਜੋ ਹੈ ਮਤ ਹੈ ਬੁੱਧ ਹੈ ਅਕਲ ਹੈ ਗਿਆਨ ਹੈ ਵਿਗਿਆਨ ਹੈ ਤੁਹਾਡਾ ਤੇ ਜਦੋਂ ਸਾਰਾ ਕੁਝ ਸਾਡੇ ਸਿਰ 'ਚ ਗੁਰੂ ਦਾ ਹੋਏਗਾ ਤੇ ਮੇਰਾ ਖੇਲ ਜਿਹੜੀਆਂ ਆ ਸਮੱਸਿਆਵਾਂ ਨੇ ਜਿੰਨੀਆਂ ਸਾਡੀਆਂ ਪੈਦਾ ਹੋ ਚੁੱਕੀਆਂ ਨੇ ਔਰ ਜਿੰਨੀਆਂ ਵੱਧ ਰਹੀਆਂ ਨੇ ਇਹ ਸਹਿਜ ਭਾਵੀ ਇਸ ਸੰਸਾਰ ਤੋਂ ਜ਼ਰੂਰ ਖਤਮ ਹੋ ਜਾਣਗੀਆਂ ਇੱਕ ਗੱਲ ਕਰਕੇ ਮੈਂ ਸਮਾਪਤੀ ਕਰਾਂਗਾ ਸੋਨ ਸਿੰਘ ਸੀਤਲ ਨੇ ਲਿਖਿਆ ਕਿ ਜਦੋਂ ਪੰਗਾਣੀ ਦਾ ਯੁੱਧ ਹੋਇਆ ਤੇ ਇੱਕ ਸਿੱਖ ਯੁੱਧ ਕਰ ਰਿਹਾ ਪਰ ਉਹਨੇ ਮਿਆਨ ਚੋਂ ਤਲਵਾਰ ਕੱਢੀ ਨਾ ਮਿਆਨ ਦੇ ਸਮੇਤ ਹੀ ਲੜੀ ਜਾਵੇ ਪਿੱਛੋਂ ਕਿਸੇ ਮੇਰੇ ਅਰਗੇ ਨੇ ਆਵਾਜ਼ ਦਿੱਤੀ ਉਹ ਭਲਿਆ ਮਾਨਸਾ ਉਹ ਮਿਆਨ ਚੋਂ ਤਲਵਾਰ ਤੇ ਕੱਢ ਲੈ ਉਹ ਸਿੱਖ ਨੇ ਜਵਾਬ ਦਿੱਤਾ ਕਹਿੰਦਾ ਨਾ ਮੈਂ ਲੜਨਾ ਨਾ ਤਲਵਾਰ ਨੇ ਲੜਨਾ ਲੜਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨੇ ਲੜਨਾ ਤੇ ਜੇ ਉਹਨਾਂ ਦੀ ਬਖਸ਼ਿਸ਼ ਹੋਈ ਤੇ ਅਸੀਂ ਸਣ ਮਿਆਨੇ ਵੀ ਯੁੱਧ ਜਿੱਤ ਜਾਣਾ ਇਹਨੂੰ ਮੈਂ ਕਹਿਣਾ ਹੁਣਾ ਭਰੋਸਾ ਜੇ ਇੰਨਾ ਭਰੋਸਾ ਪੱਕਾ ਹੋਵੇ ਨਾ ਵੀ ਜੋ ਕਰੇਗਾ ਮੇਰੇ ਕਲਗੀਆਂ ਵਾਲੇ ਨੇ ਕਰ ਦੇਣਾ ਤੇ ਮੇਰਾ ਖਿਆਲ ਕੋਈ ਸਮੱਸਿਆ ਵੀ ਨਹੀਂ ਆਉਂਦੀ ਸਮੱਸਿਆ ਆਉਂਦੀ ਉਦੋਂ ਆ ਜਦੋਂ ਬੰਦਾ ਦੁਬਧਾ ਦੇ ਵਿੱਚ ਹੁੰਦਾ ਦੋ ਵਿਚਾਰਾਂ ਦੇ ਵਿੱਚ ਹੁੰਦਾ ਔਰ ਦੋ ਵਿਚਾਰ ਹਮੇਸ਼ਾ ਘਾਤਕ ਹੁੰਦੇ ਆ ਇਸੇ ਲਈ ਸਤਗੁਰਾਂ ਨੇ ਕਿਹਾ ਪ੍ਰਮਾਤਮਾ ਇੱਕ ਹੈ ਜਦੋਂ ਕਿ ਭਾਰਤੀ ਕਲਚਰ ਵਿੱਚ ਤਿੰਨ ਤਰ੍ਹਾਂ ਦੇ ਦੇਵਤੇ ਮੰਨੇ ਜਾਂਦੇ ਸੀ ਪੈਦਾ ਕਰਨ ਵਾਲਾ ਹੋਰ ਆ ਪਾਲਣ ਵਾਲਾ ਹੋਰ ਆ ਤੇ ਮਾਰਨ ਵਾਲਾ ਹੋਰ ਆ ਸਤਗੁਰਾਂ ਨੇ ਉਸੇ ਤਿੰਨਾਂ ਨੂੰ ਇੱਕ ਕੀਤਾ ਉਹੀ ਪੈਦਾ ਕਰਦਾ ਉਹੀ ਤੁਹਾਨੂੰ ਪਾਲਦਾ ਉਹੀ ਸੰਗਾਰ ਕਰਦਾ ਇੱਕ ਨੂੰ ਉਸੇ ਨੂੰ ਪੁੱਜੋ ਜੀ ਨੇ ਸਭ ਕੁਝ ਕਰਨਾ ਜਿਨੇ ਸਭ ਕੁਝ ਦਿੱਤਾ ਇਸ ਲਈ ਜਿਹੜਾ ਸਿੱਖ ਸੱਭਿਆਚਾਰ ਵਿੱਚ ਸਿੱਖ ਫਲਸਫੇ ਵਿੱਚ ਸਿੱਖ ਧਰਮ ਵਿੱਚ ਸਿੱਖ ਇੱਕ ਦਾ ਪੁਜਾਰੀ ਹੈ ਇੱਕ ਜੋ ਕਰੇਗਾ ਉਹਦੇ ਬਾਣੇ ਚ ਰਹਿਣਾ ਸਿੱਖ ਨੂੰ ਉਪਦੇਸ਼ ਹੈ ਮਾਨਸਿਕ ਸ਼ਕਤੀ ਵਾਸਤੇ ਬਾਣੀ ਪੜ੍ਹਨੀ ਜ਼ਰੂਰੀ ਹੈ ਅਮਰਤ ਵੇਲਾ ਸਾਹਮਣਾ ਵੀ ਜ਼ਰੂਰੀ ਹੈ ਸਿਆਣੇ ਕਹਿੰਦੇ ਬਾਣੀ ਕੰਠ ਸਦਾ ਬੈਕੁੰਠ ਬਾਣੀ ਦਾ ਪੜਨਾ ਵੀ ਯਾਦ ਹੋਵੇ ਤੇ ਮਨੁੱਖ ਭਵੇਂ ਸਾਰੇ ਹਿੰਦੁਸਤਾਨ ਦੀਆਂ ਕਬਰਾਂ ਢਾਵੇ ਕੁਛ ਨਹੀਂ ਹੁੰਦਾ ਮੈਂ ਕਿ ਬੱਚਿਆਂ ਨੂੰ ਕਹਿੰਨਾ ਨਾ ਤੁਸੀਂ ਮੂਲ ਮੰਤਰ ਦਾ ਪਾਠ ਕਰਕੇ ਨਾ ਭਵੇਂ ਜੋ ਰੋਡੇ ਸ਼ਾਹ ਦੀ ਤੇ ਜੋ ਕਾਲੇ ਮਹਿਰ ਦੀਆਂ ਕਬਰਾਂ ਢਾਓ ਤੁਹਾਨੂੰ ਕੱਖ ਨਹੀਂ ਹੋਣਾ ਪਰ ਤੁਹਾਡੇ ਕੋਲੇ ਮਾਨਸਿਕ ਸ਼ਕਤੀ ਜ਼ਰੂਰ ਹੋਵੇ ਔਰ ਮੈਂ ਖਾਸ ਕਰਕੇ yogi ਸਾਹਿਬ ਦੀ ਮੈਨੂੰ ਇੱਕ ਗੱਲ ਮੈਂ ਹਰ ਥਾਂ ਕਰਦਾ ਹੁੰਦਾ ਉਹਨਾਂ ਨੇ ਆਪਣੇ ਪੈਰੋਕਾਰਾਂ ਦੇ ਮਨਾਂ ਵਿੱਚ ਇੱਕ ਭਾਵਨਾ ਪੈਦਾ ਕੀਤੀ ਹੈ ਕਿ ਤੁਸੀਂ ਚਾਹੇ ਡਰਾਈਵਿੰਗ ਕਰਨ ਲੱਗਿਓ ਦੁਕਾਨ ਤੇ ਚੱਲਿਓ ਬਿਜ਼ਨਸ ਤੇ ਚੱਲਿਓ ਚਾਹੇ ਨੌਕਰੀ ਤੇ ਚੱਲਿਓ ਐਗਜ਼ਾਮ ਦੇਣ ਚੱਲਿਓ ਇੰਟਰਵਿਊ ਤੇ ਚੱਲਿਓ ਤੁਸੀਂ ਪੰਜ ਮੂਲ ਮੰਤਰ ਦੇ ਪਾਠ ਕਰਕੇ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਤੁਰਪੋ ਤੁਹਾਡੀ ਹਰ ਮਦਾਨੇ ਫਤਿਹ ਹੋਏਗੀ ਉਹਦੇ ਪੈਰੋਕਾਰਾਂ ਵਿੱਚ ਘਟੋ-ਘਟੇ ਦ੍ਰਿੜ ਵਿਸ਼ਵਾਸ ਹੈ ਕਿ ਅਸੀਂ ਮੂਲ ਮੰਤਰ ਦੇ ਪਾਠ ਪੰਜ ਕਰ ਲਏ ਤੇ ਫਤਿਹ ਬਲਾਲੀ ਸਾਡੀ ਫਤਿਹ ਹੋਣੀ ਹੋਣੀ ਆ ਇਹ ਦ੍ਰਿੜ ਵਿਸ਼ਵਾਸ ਵੀ ਜ਼ਰੂਰੀ ਹੈ ਕਿਉਂਕਿ ਸਮਾਜ ਨੂੰ ਜਦੋਂ ਕਿਸੇ ਫੋਕਟ ਕਰਮਕਾਂਡ ਤੋਂ ਮੁਕਤ ਹੁੰਦਾ ਕਿਸੇ ਅੰਧਵਿਸ਼ਵਾਸ ਤੋਂ ਮੁਕਤ ਹੁੰਦਾ ਤੇ ਕੋਈ ਨਾ ਕੋਈ ਦੀਵਾ ਬਾਲਣਾ ਪੈਂਦਾ ਜਿਉਂ ਅੰਧੇਰਾ ਦੀਪਕ ਬਾਲੀਐ ਤਿਉਂ ਗੁਰ ਗਿਆਨ ਅਗਿਆਨਤ ਜਾਏ ਹਨੇਰੇ ਦੀ ਕੋਈ ਹੋਣ ਨਹੀਂ ਹੁੰਦੀ ਚਾਨਣ ਦੀ ਗੈਰ ਹਾਜ਼ਰੀ ਹੁੰਦੀ ਆ ਅਗਿਆਨ ਦੀ ਕੋਈ ਹੋਂਦ ਨਹੀਂ ਹੁੰਦੀ ਗਿਆਨ ਦੀ ਗੈਰ ਹਾਜ਼ਰੀ ਹੁੰਦੀ ਹੈ ਇਸੇ ਲਈ ਆਪਾਂ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਆਂ ਜਦੋਂ ਗਿਆਨ ਆਇਆ ਅਗਿਆਨਤਾ ਦਾ ਹਨੇਰਾ ਆਪਣੇ ਆਪ ਦੂਰ ਹੋ ਜਾਣਾ ਇਹ ਅਗਿਆਨਤਾ ਭਾਰਤੀ ਸੱਭਿਆਚਾਰ ਵਿੱਚ ਪਿਛੋਕੜ ਤੋਂ ਤੁਰੀ ਆਈ ਆ ਲੋਕ ਮਨਾਂ ਚ ਤੁਰੀ ਆਈ ਆ ਪੀੜੀ ਦਰ ਪੀੜੀ ਤੁਰੀ ਆਈ ਆ ਪਰ ਸਤਗੁਰਾਂ ਨੇ 240 ਸਾਲਾਂ ਦੇ ਸਰੀਰਕ ਜਾਮੇ ਦੇ ਵਿੱਚ ਇਸ ਅਗਿਆਨਤਾ ਨੂੰ ਦੂਰ ਕਰਨ ਵਾਸਤੇ ਸਾਨੂੰ ਗੁਰਬਾਣੀ ਦਿੱਤੀ ਭਾਈ ਗੁਰਦਾਸ ਜੀ ਦੀਆਂ 12 ਕਬਿਤ ਸਵੈਏ ਨੇ ਦਸਮ ਪਾਸ਼ਾ ਦੀ ਬਾਣੀ ਆ ਔਰ ਵਾਰ-ਵਾਰ ਸਾਨੂੰ ਗਿਆਨ ਵਾਲੇ ਪਾਸੇ ਪ੍ਰੇਰਦੀ ਹੈ ਕਿ ਮੇਰਾ ਸਿੱਖ ਜਿਹੜਾ ਕਿਸੇ ਵੀ ਹੋਰ ਅੰਧ ਵਿਸ਼ਵਾਸ ਵਿੱਚ ਨਹੀਂ ਜੀਊਗਾ ਕਿਉਂਕਿ ਕਾਲ ਦਾ ਪੁਜਾਰੀ ਆ ਇਹਨਾਂ ਕੁਝ ਕਹਿੰਦਾ ਹੋਇਆ ਜੀ ਮੈਂ ਸਭਨਾਂ ਦਾ ਧੰਨਵਾਦ ਦਿਆਂ ਔਰ ਅਸੀਂ ਉਮੀਦ ਰੱਖਦੇ ਆਪਾਂ ਸਾਰੇ ਗੁਰੂ ਦੇ ਪ੍ਰਚਾਰਕ ਜਿੱਥੇ ਵੀ ਬੈਠੀਏ ਕਟੋ ਕਟ ਲੋਕ ਮਨਾਂ ਦੇ ਵਿੱਚੋਂ ਇਸ ਹਨੇਰੇ ਨੂੰ ਦੂਰ ਕਰ ਸਕੀਏ ਤੇ ਸਤਿਗੁਰੂ ਕਿਰਪਾ ਕਰਨਗੇ ਚੜ੍ਹਦੀ ਕਲਾ ਹੋਏਗੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਦ ਡਾਕਟਰ ਸਾਹਿਬ ਇਹ ਵਿਸ਼ਾ ਡਾਕਟਰ ਸਾਹਿਬ ਦਾ ਇਸ ਤੇ ਬਹੁਤ ਸਟੱਡੀ ਹੈ ਔਰ ਮੈਂ ਜਿਹੜੀਆਂ ਤਿੰਨ ਕਿਤਾਬਾਂ ਤੁਹਾਨੂੰ ਲਿਖਾਈਆਂ ਵੀ ਸੀ ਬਰਮ ਸਿੰਘ ਉਹ ਸਾਰਾ ਇਸ ਵਿਸ਼ੇ ਤੇ ਇਹ ਕਿਤਾਬ ਹੈ ਸਾਰੀ ਬਾਈ ਬਰਮ ਹਾਂ ਬਰਮ ਤੋੜ ਸਿੰਘ ਤੋਂ ਇੱਕ ਗੱਲ ਸਾਨੂੰ ਹੁਣ ਜਿਹੜੀ ਹਮੇਸ਼ਾ ਯਾਦ ਰੱਖਣੀ ਹੈ ਔਰ ਜਿਹੜੀ ਅਸੀਂ ਇੱਥੇ ਸ਼ੁਰੂ ਤੋਂ ਇਸ ਕੋਰਸ ਦੇ ਵਿੱਚ ਸਾਡੀ ਇਹ ਮਨਸ਼ਾ ਵੀ ਹੈ ਉਹੀ ਹੈ ਕਿ ਇੱਕ ਗੱਲ ਸਾਨੂੰ ਹਮੇਸ਼ਾ ਯਾਦ ਜਿਹੜੀ ਸਾਰੇ ਮਾਸਿਸ ਤੱਕ ਅਸੀਂ ਇਹ ਪਹਚਾਣੀ ਹੈ ਕਿ ਕੋਮਾ ਦਾ ਦੁਰਾ ਉਹਨਾਂ ਦੇ ਧਰਮ ਗ੍ਰੰਥ ਹੁੰਦੇ ਨੇ ਔਰ ਜੋ ਕੋਮਾ ਕਰਮ ਕਾਂਡਾ ਔਰ ਰਸਮ ਰਿਵਾਜਾਂ ਨੂੰ ਆਪਨਾ ਧਰਮ ਸਮਝਦਿਆਂ ਨੇ ਉਹ ਗਿਆਨਤਾ ਦੇ ਅੰਧੇਰੇ ਵਿੱਚ ਹਮੇਸ਼ਾ-ਹਮੇਸ਼ਾ ਲਈ ਡੁੱਬ ਜਾਂਦੀਆਂ ਨੇ ਇਹ ਵਾਰ-ਵਾਰ ਗੱਲ ਅਸੀਂ ਇੱਥੋਂ ਸ਼ੁਰੂ ਤੋਂ ਹੀ ਇਹ ਕਹਿੰਦੇ ਆ ਰਹੇ ਹਾਂ ਕਿ ਮਨਾਂ ਵਿੱਚ ਫੈਲੀ ਜਿਹੜੀ ਧੁੰਦ ਹੈ ਇਹ ਹਨੇਰੇ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ ਔਰ ਅੰਧਵਿਸ਼ਵਾਸੀ ਜਿਹੜਾ ਬੰਦਾ ਹੈ ਉਹ ਹਮੇਸ਼ਾ ਕਮਜ਼ੋਰ ਮਨਾਂ ਦੀ ਪੈਦਾਇਸ਼ ਹੈ ਤਾਂ ਇਹ ਜਿਹੜਾ ਅਸੀਂ ਅੱਜ ਦਾ ਟੌਪਿਕ ਰੱਖਿਆ ਹੈ ਇਹ ਟੌਪਿਕ ਸਿਰਫ ਤੇ ਸਿਰਫ ਇਸ ਲਈ ਰੱਖਿਆ ਕਿ ਜਦੋਂ ਅਸੀਂ ਦੇਖਦੇ ਹਾਂ ਆਪਣੇ ਆਸ-ਪਾਸ ਅਸੀਂ ਅੰਧਵਿਸ਼ਵਾਸ ਔਰ ਕਰਮਕਾਂਡਾਂ ਵਿੱਚ ਇਤਨੇ ਗ੍ਰਸਤ ਹੋ ਚੁੱਕੇ ਹਾਂ ਕਿ ਪੜਨ ਪੜਾਣ ਦੀ ਜਿਹੜੀ ਗੱਲ ਹੈ ਉਹ ਸਾਡੇ ਮਨਾਂ ਵਿੱਚੋਂ ਹੀ ਜਾਂ ਜ਼ਹਿਨਾਂ ਵਿੱਚੋਂ ਹੀ ਨਿਕਲੀ ਹੈ ਤਾਂ ਇੱਕ ਉਹ ਭਾਈ ਗੁਰਦੁਆਸ ਦੀ ਬੜੀ ਖੂਬਸੂਰਤ ਲਾਈਨ ਹੈ ਕਿ ਉਹ ਪੁੱਛਤ ਹੈ ਪਥ ਤੇ ਮਾਰਗ ਨ ਧਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈਏਗੇ ਤਾਂ ਪੁੱਛਤ ਹੈ ਵੈਦ ਖਾਦ ਉਹ ਖਾਤ ਉਹ ਖਦ ਨ ਸੰਜਮ ਸੇ ਕੈਸੇ ਮਿٹے ਰੋਗ ਸੁਖ ਸੈ ਸਮਾਈਏ ਵੀ ਇਹ ਰੋਗ ਮਿਟੇਗਾ ਕਿਵੇਂ ਜਦ ਤੱਕ ਅਸੀਂ ਜਿਹੜੀ ਦਵਾਈ ਹੈ ਉਹਨੂੰ ਸੰਜਮ ਨਾਲ ਜਾਂ ਮर्यादा ਨਾਲ ਨਹੀਂ ਖਾਵਾਂਗੇ ਔਰ ਉਹ ਦਵਾਈ ਇਹ ਹੀ ਹੈ ਪੜਨ ਪੜਾਣ ਦੀ ilm ਦੀ knowledge ਦੀ virtues ਦੀ ਵਿਚਾਰ ਦੀ ਇਹ ਗੱਲ ਜਿਹੜੀ ਹੈ ਸਾਨੂੰ ਅਪਣਾਣੀ ਪੈਗੀ ਗੁਰੂ ਗ੍ਰੰਥ ਸਾਹਿਬ ਨੂੰ ਪੜਿਏ ਗੁਰੂ ਗ੍ਰੰਥ ਸਾਹਿਬ ਨੂੰ ਸਮਝੀਏ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰੀਏ